ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆ ਗਏ ਆ ਇੰਪੋਰਟੈਂਟ ਐਮਸੀਕਿਊਜ਼ ਨਾਲ ਭਰੀ ਹੋਈ ਇੱਕ ਹੋਰ ਵੀਡੀਓ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਹੀ ਕੁਐਸਚਨ ਨੇ ਜਿਹੜੇ ਉਹ ਮੋਸਟ ਇੰਪੋਰਟੈਂਟ ਨੇ ਤੇ ਨਾਲ ਦੀ ਨਾਲ ਰਿਕਵੈਸਟ ਇਹ ਆ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਦੇ ਉੱਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲੋ ਸੋ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਅਤੇ ਦੇਖਦੇ ਆਂ ਕੁਐਸਚਨ ਨੰਬਰ 1 ਹਾਂਜੀ ਪਾਣੀ ਵਿੱਚ ਘੋਲਣਸ਼ੀਲ ਵਿਟਾਮਿਨ ਕਿਹੜਾ ਹੈ ਇਹਨਾਂ ਦੇ ਵਿੱਚੋਂ ਉਹ ਕਿਹੜਾ ਵਿਟਾਮਿਨ ਹੈ ਜਿਹੜਾ ਪਾਣੀ ਦੇ ਵਿੱਚ ਘੋਲਣਸ਼ੀਲ ਹੁੰਦਾ ਹੈ ਆਪਸ਼ਨ 1 ਕਾ ਵਿਟਾਮਿਨ B 2 ਵਿਟਾਮਿਨ A 3 ਵਿਟਾਮਿਨ E ਜਾਂ 4 ਵਿਟਾਮਿਨ D ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਜਿਹੜਾ ਵਿਟਾਮਿਨ B ਹੁੰਦਾ ਵਾ ਇਹ ਪਾਣੀ ਦੇ ਵਿੱਚ ਘੋਲਣਸ਼ੀਲ ਵਿਟਾਮਿਨ ਹੁੰਦਾ ਹੈ ਇਸ ਤੋਂ ਇਲਾਵਾ ਜਿਹੜਾ ਵਿਟਾਮਿਨ ਸੀ ਆ ਉਹ ਵੀ ਪਾਣੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ ਹੁੰਦਾ ਵਾ ਇਸ ਕਰਕੇ অপਸ਼ਨ ਨੰਬਰ 1 ਤੁਹਾਡਾ ਰਾਈਟ ਆਨਸਰ ਹੋ ਜਾਊਗਾ ਜੇਕਰ অপਸ਼ਨ ਦੇ ਵਿੱਚ ਵਿਟਾਮਿਨ ਬੀ ਅਤੇ ਸੀ ਦੋਵੇਂ ਹੋਣ ਤਾਂ ਰਾਈਟ ਆਨਸਰ ਹੋ ਜਾਊਗਾ ਠੀਕ ਹੈ ਜੀ ਕਿਉਂਕਿ ਵਿਟਾਮਿਨ ਬੀ ਅਤੇ ਸੀ ਦੋਵੇਂ ਹੀ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੁੰਦੇ ਹਨ ਨੈਕਸਟ ਕੁਐਸਚਨ ਦੇਖਦੇ ਆਪਾਂ ਹੇਠ ਲਿਖਿਆਂ ਵਿੱਚੋਂ ਵਿਟਾਮਿਨ A ਦਾ ਕੰਮ ਹੁੰਦਾ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 ਇਹ ਵਾਧੇ ਵਿੱਚ ਸਹਾਇਕ ਹੁੰਦਾ ਨੰਬਰ 2 ਸੰਕਰਮਣ ਵਿਰੋਧੀ ਹੁੰਦਾ ਨੰਬਰ 3 ਕੈਂਸਰ ਰੋਧੀ ਹੁੰਦਾ ਜਾਂ ਨੰਬਰ 4 ਉਪਰੋਕਤ ਸਾਰੇ ਸੋ ਜਿਹੜਾ ਵਿਟਾਮਿਨ A ਦਾ ਕੰਮ ਆ ਉਹ ਵਿਟਾਮਿਨ ਇਹ ਸਾਰੇ ਹੀ ਇਹ ਕੰਮ ਕਰਦਾ ਵਾ ਵਾਧੇ ਵਿੱਚ ਵੀ ਸਹਾਇਕ ਹੁੰਦਾ ਸੰਕਰਮਣ ਵਿਰੋਧੀ ਹੁੰਦਾ ਤੇ ਕੈਂਸਰ ਰੋਧੀ ਹੁੰਦਾ ਇਸ ਕਰਕੇ অপਸ਼ਨ ਨੰਬਰ 4 ਉਪਰੋਕਤ ਸਾਰੇ ਤੁਹਾਡਾ ਸਹੀ ਆਨਸਰ ਹੋਵੇਗਾ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 3 ਹਾਂਜੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀਕੇ ਨਾਲ ਸੰਬੰਧਿਤ ਪੰਜਾਬ ਦੀ ਜੀਕੇ ਨਾਲ ਪੰਜਾਬ ਦੀ ਆਰਥਿਕ ਰਾਜਧਾਨੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਪਸ਼ਨ ਇਹ ਆ ਤੁਹਾਡੇ ਕੋਲ ਨੰਬਰ 1 ਮੰਡੀ ਗੋਬਿੰਦਗੜ ਨੰਬਰ 2 ਮੁਹਾਲੀ ਨੰਬਰ 3 ਲੁਧਿਆਣਾ ਨੰਬਰ 4 ਬਠਿੰਡਾ ਸੋ ਇਸ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਨੂੰ ਕਿਹਾ ਜਾਂਦਾ ਵਾ ਠੀਕ ਹੈ ਜੀ ਇਸ ਤੋਂ ਇਲਾਵਾ ਪੰਜਾਬ ਦਾ ਮਾਂਚੈਸਟਰ ਵੀ ਲੁਧਿਆਣੇ ਨੂੰ ਕਿਹਾ ਜਾਂਦਾ ਹੈ ਹੌਜਰੀ ਦਾ ਸਭ ਤੋਂ ਵੱਡਾ ਕਾਰਖਾਨਾ ਕਿੱਥੇ ਹੈ ਉਹ ਵੀ ਲੁਧਿਆਣੇ ਹੈ ਸਾਈਕਲ ਬਣਾਉਣ ਦੇ ਵੱਡੇ ਕਾਰਖਾਨੇ ਕਿੱਥੇ ਨੇ ਉਹ ਵੀ ਲੁਧਿਆਣੇ ਨੇ ਸੋ ਇਹਨਾਂ ਪੁਆਇੰਟਾਂ ਨੂੰ ਵੀ ਤੁਸੀਂ ਨੋਟ ਕਰਨਾ ਹੋਵੇਗਾ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 4 ਹਾਂਜੀ ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਵਗਦੇ ਹਨ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਤੇ 4 ਨੰਬਰ 2 ਤੇ 5 ਨੰਬਰ 3 ਤੇ 3 ਤੇ ਨੰਬਰ 4 ਤੇ 2 ਸੋ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਰਾਈਟ ਆਨਸਰ ਹੈ ਉਹ ਹੋਵੇਗਾ ਜੀ ਆਪਸ਼ਨ ਨੰਬਰ 3 ਅਜੋਕੇ ਪੰਜਾਬ ਆ ਜਿਹੜਾ ਇਹਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਬਿਆਸ ਅਤੇ ਰਾਵੀ ਦਾ ਕੁਛਕ ਹਿੱਸਾ ਠੀਕ ਹੈ ਇਹ ਤਿੰਨ ਨੰਬਰ ਆਪਸ਼ਨ ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਆਪਾਂ ਦੇਖਦੇ ਆ ਕੁਐਸਚਨ ਨੰਬਰ 5 ਹਾਂਜੀ ਬੱਚੇ ਦੀ ਨਵਯਾਤ ਆਵਦੀ ਕਿੰਨੇ ਦਿਨਾਂ ਦੀ ਹੁੰਦੀ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਪਹਿਲੇ 25 ਦਿਨ ਨੰਬਰ 2 ਪਹਿਲੇ 28 ਦਿਨ ਨੰਬਰ 3 ਪਹਿਲੇ 30 ਦਿਨ ਜਾਂ ਨੰਬਰ 4 ਪਹਿਲੇ 20 ਦਿਨ ਸੋ ਇੱਕ ਬੱਚੇ ਦੀ ਜਿਹੜੀ ਨਵਯਾਤ ਆਵਦੀ ਹੁੰਦੀ ਹੈ ਇਹ ਕਿੰਨੇ ਦਿਨਾਂ ਦੀ ਹੁੰਦੀ ਹੈ ਤਾਂ ਤੁਹਾਡਾ ਰਾਈਟ ਆਨਸਰ ਜਿਹੜਾ ਹੋਊਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ 2nd ਪਹਿਲੇ 28 ਦਿਨ ਬੱਚੇ ਦੀ ਨਵਯਾਤ ਆਵਦੀ ਹੁੰਦੀ ਹੈ ਨੈਕਸਟ ਆਪਾਂ ਦੇਖ ਲੈਨੇ ਆ ਕਵੈਸਚਨ ਨੰਬਰ 6 슈ਗਰ ਰੋਗ ਦਾ ਕੀ ਕਾਰਨ ਹੁੰਦਾ ਹੈ ਤਾਂ ਆਪਸ਼ਨ ਹੈ ਤੁਹਾਡੇ ਕੋਲੇ ਨੰਬਰ 1 인ਸੁਲਿਨ ਦੀ ਕਮੀ ਨੰਬਰ 2 슈ਗਰ ਦੀ ਵੱਧ ਮਾਤਰਾ ਨੰਬਰ 3 ਬਲੱਡ ਪ੍ਰੈਸ਼ਰ ਦਾ ਵੱਧ ਰਿਹਾ ਪ੍ਰਭਾਵ ਜਾਂ ਨੰਬਰ 4 ਉਪਰੋਕਤ ਸਾਰੇ ਸੋ ਇਹਨਾਂ ਦੇ ਵਿੱਚੋਂ ਜਿਹੜਾ 슈ਗਰ ਰੋਗ ਦਾ ਕਾਰਨ ਹੁੰਦਾ ਆ ਉਹ ਹੁੰਦਾ ਆ ਜੀ ਆਪਸ਼ਨ ਨੰਬਰ 1 인ਸੁਲਿਨ ਦੀ ਕਮੀ ਹੋ ਜਾਂਦੀ ਹੈ ਆਪਣੇ ਸ਼ਰੀਰ ਦੇ ਵਿੱਚ ਜਿਹਦੇ ਕਰਕੇ 슈ਗਰ ਰੋਗ ਆ ਜਿਹੜਾ ਉਹ ਹੋ ਜਾਂਦਾ ਵਾ ਮੋਸਟਲੀ ਤੁਸੀਂ ਦੇਖਿਆ ਹੋਣਾ ਜਿਹੜੇ ਪੇਸ਼ੈਂਟਾਂ ਨੂੰ ਜ਼ਿਆਦਾ ਸ਼ੂਗਰ ਹੁੰਦੀ ਹੈ ਤਾਂ ਉਹਨਾਂ ਦੇ ਇਨਸੂਲਿਨ ਦੇ ਇੰਜੈਕਸ਼ਨ ਵੀ ਲਗਾਏ ਜਾਂਦੇ ਹਨ ਨੈਕਸਟ ਕੁਐਸਚਨ ਹਾਂਜੀ ਸਿੱਖਾਂ ਦੇ 6ਵੇਂ ਗੁਰੂ ਕਿਹੜੇ ਸਨ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਜੀ ਨੰਬਰ 1 ਤੇ ਗੁਰੂ ਅਰਜਨ ਦੇਵ ਜੀ ਨੰਬਰ 2 ਤੇ ਗੁਰੂ ਹਰਕ੍ਰਿਸ਼ਨ ਜੀ ਨੰਬਰ 3 ਤੇ ਗੁਰੂ ਗੋਬਿੰਦ ਸਿੰਘ ਜੀ ਤੇ ਨੰਬਰ 4 ਤੇ ਗੁਰੂ ਹਰਗੋਬਿੰਦ ਜੀ ਸੋ ਸਿੱਖਾਂ ਦੇ ਜਿਹੜੇ 6ਵੇਂ ਗੁਰੂ ਹੋਏ ਨੇ ਉਹ ਹੋਏ ਨੇ ਜੀ ਆਪਸ਼ਨ ਨੰਬਰ 4 ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਿੱਖਾਂ ਦੇ 6ਵੇਂ ਗੁਰੂ ਸੀਗੇ ਇਹਨਾਂ ਨੇ ਕਿਹੜੀਆਂ-ਕਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀਗੀਆਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਸਿੱਖਾਂ ਦੇ ਗੁਰੂ ਹਰਗੋਬਿੰਦ ਜੀ ਨੇ ਕਿਹੜੀਆਂ ਤਲਵਾਰਾਂ ਧਾਰਨ ਕੀਤੀਆਂ ਤਾਂ ਸਹੀ ਆਨਸਰ ਹੋਊਗਾ ਮੀਰੀ ਅਤੇ ਪੀਰੀ ਦੀਆਂ ਨੈਕਸਟ ਆਪਾਂ ਦੇਖਦੇ ਹਾਂ ਅਗਲਾ 8 ਨੰਬਰ ਕੁਐਸਚਨ ਹਾਂਜੀ ਸਿਗਰਟ ਪੀਣ ਵਾਲੇ ਆਦਮੀਆਂ ਨੂੰ ਕਿਹੜੀ ਬਿਮਾਰੀ ਹੋ ਸਕਦੀ ਹੈ ਇਹਨਾਂ ਦੇ ਵਿੱਚੋਂ ਉਹ ਕਿਹੜੀ ਬਿਮਾਰੀ ਹੈ ਜਿਹੜੀ ਸਿਗਰਟ ਪੀਣ ਵਾਲੇ ਆਦਮੀਆਂ ਨੂੰ ਹੋ ਸਕਦੀ ਹੈ ਨੰਬਰ 1 ਫੇਫੜਿਆਂ ਦਾ ਕੈਂਸਰ ਨੰਬਰ 2 ਲੂਕੀਮੀਆ ਨੰਬਰ 3 ਹਾਰਟ ਅਟੈਕ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜੇ ਆ ਬੰਦੇ ਜਾਂ ਆਦਮੀ ਸਿਗਰਟ ਦਾ ਜ਼ਿਆਦਾ ਸੇਵਨ ਕਰਦੇ ਆ ਜ਼ਿਆਦਾ ਯੂਜ਼ ਕਰਦੇ ਆ ਤਾਂ ਉਹਨਾਂ ਨੂੰ ਨੰਬਰ 1 ਫੇਫੜਿਆਂ ਦਾ ਕੈਂਸਰ ਹੋਣ ਦੇ ਚਾਂਸ ਆ ਜਿਹੜੇ ਉਹ ਜ਼ਿਆਦਾ ਹੋ ਜਾਂਦੇ ਆ ਇਸ ਕਰਕੇ ਆਪਸ਼ਨ ਨੰਬਰ 1 ਤੁਹਾਡਾ ਹੋਵੇਗਾ ਸਹੀ ਜਵਾਬ ਹਾਂਜੀ ਨੈਕਸਟ ਆਪਾਂ ਦੇਖਦੇ ਆ 9 ਨੰਬਰ ਕੁਐਸਚਨ ਪੋਲੀਓ ਵਾਇਰਸ ਕਿੰਨੀ ਤਰ੍ਹਾਂ ਦੇ ਹੁੰਦੇ ਆ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਦੋ ਤਰ੍ਹਾਂ ਦੇ ਨੰਬਰ 2 ਪੰਜ ਤਰ੍ਹਾਂ ਦੇ ਨੰਬਰ 3 ਤਿੰਨ ਤਰ੍ਹਾਂ ਦੇ ਜਾਂ ਨੰਬਰ 4 ਚਾਰ ਤਰ੍ਹਾਂ ਦੇ ਸੋ ਜਿਹੜੇ ਪੋਲੀਓ ਵਾਇਰਸ ਹੁੰਦੇ ਆ ਇਹ ਤੁਹਾਡਾ ਜਿਹੜਾ ਸਹੀ ਜਵਾਬ ਆ ਉਹ ਹੈਗਾ ਜੀ ਆਪਸ਼ਨ ਨੰਬਰ 3 ਇਹ ਜਿਹੜੇ ਪੋਲੀਓ ਵਾਇਰਸ ਨੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ਨੈਕਸਟ ਕੁਐਸਚਨ ਹਾਂਜੀ ਪਹਿਲੀ ਵਾਰ ਪੋਲੀਓ ਕਦੋਂ ਪਾਇਆ ਗਿਆ ਜਾਂ ਪਹਿਲੀ ਵਾਰ ਪੋਲੀਓ ਦਾ ਜਿਹੜਾ ਕੇਸ ਸੀ ਉਹ ਕਦੋਂ ਪਾਇਆ ਗਿਆ ਤਾਂ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 1840 ਨੰਬਰ 2 1849 ਨੰਬਰ 3 1850 ਜਾਂ ਨੰਬਰ 4 1905 ਇਸਵੀ ਦੇ ਵਿੱਚ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਹੈ ਉਹ ਹੈਗਾ ਆਪਸ਼ਨ ਨੰਬਰ 1 1840 ਦੇ ਵਿੱਚ ਜਿਹੜਾ ਪੋਲੀਓ ਦਾ ਪਹਿਲਾ ਕੇਸ ਸੀਗਾ ਉਹ ਸਾਹਮਣੇ ਆਇਆ ਸੀਗਾ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਦੋਹਤਾ ਨੰਬਰ 2 ਭਤੀਜੇ ਨੰਬਰ 3 ਸੁਪੁੱਤਰ ਜਾਂ ਨੰਬਰ 4 ਭਾਣਜੇ ਸੋ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਦੋਹਤੇ ਲੱਗਦੇ ਸਨ ਸੋ ਆਪਸ਼ਨ ਨੰਬਰ 1ਾ ਜਿਹੜਾ ਇਹ ਤੁਹਾਡਾ ਰਾਈਟ ਆਨਸਰ ਹੋਵੇਗਾ ਸੋ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਜੀ ਹਾਂਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ ਤਾਂ ਸਾਰੇ ਬੱਚਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ ਜਿੱਦਾਂ ਆਪਣਾ ਪਹਿਲਾ ਕੁਐਸਚਨ ਸੀਗਾ ਕਿ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਤਾਂ ਗੁਰੂ ਇਸ ਇਹਦੇ ਵਿੱਚ ਪੁੱਛਿਆ ਕਿ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ ਤਾਂ ਆਪਸ਼ਨ ਇਹ ਆ ਤੁਹਾਡੇ ਕੋਲੇ ਨੰਬਰ 1 ਬਾਬਾ ਜੀ ਨੰਬਰ 2 ਨਾਨਾ ਜੀ ਨੰਬਰ 3 ਪਿਤਾ ਜੀ ਸੌਰੀ ਜਾਂ ਨੰਬਰ 4 ਮਾਮਾ ਜੀ ਸੋ ਇਹਨਾਂ ਕੁਐਸਚਨਾਂ ਦੇ ਆਪਸ਼ਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੈ ਜਿਹੜੇ ਗੁਰੂ ਅਮਰਦਾਸ ਜੀ ਸੀਗੇ ਇਹ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਲੱਗਦੇ ਸੀ ਸੋ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੋਵੇਗਾ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਕੁਐਸਚਨ ਨੰਬਰ 3 ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕੀ ਵਾਰ ਦਿੱਤਾ ਸੀ ਤਾਂ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਦੋਹਤਾ ਬਾਣੀ ਕਾ ਬੋਥਾ ਨੰਬਰ 2 ਮੀਰੀ ਪੀਰੀ ਦਾ ਮਾਲਕ ਨੰਬਰ 3 ਕਵੀ ਅਤੇ ਸੰਪਾਦਕ ਜਾਂ ਨੰਬਰ 4 ਸਰਬੰਸ ਧਾਨੀ ਸੋ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਦੇ ਵਿੱਚੋਂ ਕਿਹੜਾ ਵਰ ਦਿੱਤਾ ਸੀ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਹੋਵੇਗਾ ਉਹ ਹੈਗਾ ਜੀ অপਸ਼ਨ ਨੰਬਰ 1 ਦੋਹਤਾ ਬਾਣੀ ਦਾ ਬੋਹਤਾ ਨੈਕਸਟ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ ਸ਼ਬਦ ਹਨ ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ ਤਾਂ অপਸ਼ਨ ਤੁਹਾਡੇ ਕੋਲ ਨੇ ਨੰਬਰ 1 5894 ਨੰਬਰ 2 2218 ਨੰਬਰ 3 518 ਜਾਂ ਨੰਬਰ 4 54 ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 5894 ਸ਼ਬਦ ਦਰਜ ਹਨ ਸੋ ਆਪਸ਼ਨ ਨੰਬਰ 1 ਇਸ ਦਾ ਤੁਹਾਡਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਨੰਬਰ 5 ਸੌਰੀ ਥੋੜੀ ਜੀ ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ ਕਿੰਨੇ ਸ਼ਬਦ ਹਨ ਤਾਂ ਆਪਸ਼ਨ ਇਹ ਆ ਤੁਹਾਡੇ ਕੋਲੇ ਨੰਬਰ 1 5854 ਨੰਬਰ 2 2218 ਨੰਬਰ 3 1516 ਤੇ ਨੰਬਰ 4 1518 ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਬਾਣੀ ਦਰਜਾ ਤਾਂ ਉਹ ਕਿਹੜੇ ਗੁਰਾਂ ਦੀ ਆ ਤਾਂ ਉਹ ਹੈਗੀ ਜੀ ਗੁਰੂ ਅਰਜਨ ਦੇਵ ਜੀ ਦੀ ਤੇ ਇਹਨਾਂ ਨੇ ਸਭ ਤੋਂ ਜ਼ਿਆਦਾ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ 2218 ਸ਼ਬਦਾਂ ਦੀ ਜਿਹੜੀ ਰਚਨਾ ਕੀਤੀ ਹੈ ਤੇ ਇਹਨਾਂ ਦੀ ਜਿਹੜੀ ਸਭ ਤੋਂ ਫੇਮਸ ਰਚਨਾ ਉਹ ਹੈਗੀ ਜੀ ਸੁਖਮਨੀ ਸਾਹਿਬ ਹਾਂਜੀ ਨੈਕਸਟ ਕੁਐਸਚਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਤਾਂ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਜੈਤਸਰੀ ਕੀ ਬਾਣ ਨੰਬਰ 2 ਸੁਖਮਨੀ ਸਾਹਿਬ ਨੰਬਰ 3 ਫੁਨ ਹੈ ਜਾਂ ਨੰਬਰ 4 ਬਾਰਾ ਮਹਾ ਸੋ ਮੈਂ ਆਲਰੇਡੀ ਇਸ ਕੁਐਸਚਨ ਦਾ ਆਨਸਰ ਦੱਸ ਚੁੱਕਿਆ ਹਾਂ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਸੁਖਮਨੀ ਸਾਹਿਬ ਨੂੰ ਕਿਹਾ ਜਾਂਦਾ ਹੈ ਨੈਕਸਟ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 29 ਨੰਬਰ 2 30 ਨੰਬਰ 3 31 ਨੰਬਰ 4 28 ਸੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਹੈ ਉਹਨਾਂ ਨੇ 30 ਰਾਗਾਂ ਦੇ ਵਿੱਚ ਜਿਹੜੀ ਬਾਣੀ ਦੀ ਰਚਨਾ ਕੀਤੀ ਆ ਤਾਂ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਹਾਂਜੀ 8 ਨੰਬਰ ਕੁਐਸਚਨ ਦੇਖਦੇ ਆਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨ ਪਾਉਂਦਾ ਸਾਜ਼ ਕਿਹੜਾ ਸੀ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸਾਜ਼ ਆ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਸੀ ਨੰਬਰ 1 ਤਾਨਪੁਰਾ ਨੰਬਰ 2 ਸਿਰੰਗੀ ਨੰਬਰ 3 ਸਿਤਾਰ ਜਾਂ ਨੰਬਰ 4 ਸਰੰਦਾ ਸੋ ਤੁਹਾਡਾ ਜਿਹੜਾ ਰਾਈਟ ਆਨਸਰ ਹੋਣਾ ਆ ਉਹ ਹੈਗਾ ਜੀ অপਸ਼ਨ ਨੰਬਰ 4 ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨ ਪਾਉਂਦਾ ਸਾਜ਼ ਸਰੰਦਾ ਸੀ ਨੈਕਸਟ ਆਪਾਂ ਗੱਲ ਕਰਦੇ ਆਂ 9 ਨੰਬਰ ਕੁਐਸਚਨ ਦੀ ਨਾਮ ਕੀ ਹੁੰਦਾ ਹੈ ਤਾਂ ਇਸ ਦਾ ਜਿਹੜਾ ਆਨਸਰ ਹੈ ਉਹ ਮੈਂ ਆਨਸਰ ਹੀ ਲਿਖਿਆ ਵਾ ਕਿਉਂਕਿ ਇਹ ਨੂੰ ਸਮਝਣ ਦੇ ਲਈ ਆਪਾਂ ਆਪਸ਼ਨ ਨਹੀਂ ਚੂਜ਼ ਕੀਤੇ ਨਾਮ ਕੀ ਹੁੰਦਾ ਤਾਂ ਜਿਹੜੇ ਕਿਸੇ ਵਿਅਕਤੀ ਚੀਜ਼ ਸਥਾਨ ਗੁਣ ਭਾਵ ਆਦਿ ਬਾਰੇ ਦੱਸਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਸੁਰਿੰਦਰ ਪਿੰਡ ਏਕਮ ਜਲੰਧਰ ਸੋਨਾ ਜਮਾਤ ਫੌਜ ਰੇਤ ਖੁਸ਼ੀ ਆਦ ਸੋ ਜਿਹੜੇ ਸ਼ਬਦ ਕਿਸੇ ਵਿਅਕਤੀ ਚੀਜ਼ ਸਥਾਨ ਗੁਣ ਭਾਵ ਆਦਿ ਬਾਰੇ ਦੱਸਦੇ ਨੇ ਤਾਂ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਤੁਸੀਂ ਪੁਆਇੰਟ ਜਿਹੜਾ ਇਹ ਨੋਟ ਕਰ ਲੈਣਾ ਹੋਵੇਗਾ ਹਾਂਜੀ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਆ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 2 ਪ੍ਰਕਾਰ ਨੰਬਰ 2 4 ਪ੍ਰਕਾਰ ਨੰਬਰ 3 3 ਪ੍ਰਕਾਰ ਜਾਂ ਨੰਬਰ 4 5 ਪ੍ਰਕਾਰ ਸੋ ਜਿਹੜੇ ਨਾਮ ਹੁੰਦੇ ਆ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਤਾਂ ਤੁਹਾਡਾ ਜਿਹੜਾ ਰਾਈਟ ਆਨਸਰ ਆ ਨਾਮ ਦੀਆਂ 5 ਕਿਸਮਾਂ ਨੇ ਤੇ ਇਹ 5 ਪ੍ਰਕਾਰ ਦੇ ਹੁੰਦੇ ਹਨ ਹਾਂਜੀ ਨੈਕਸਟ ਕੁਐਸਚਨ ਨੰਬਰ 3 ਵੀ ਇੰਪੋਰਟੈਂਟ ਆ ਕਿ ਨਾਮ ਦੀਆਂ ਕਿਸਮਾਂ ਦੱਸੋ ਸੋ ਇੱਥੇ ਨਾਮ ਆ ਜਿਹੜੇ 5 ਪ੍ਰਕਾਰ ਦੇ ਹੁੰਦੇ ਆ ਇੱਥੇ ਜਿਹੜੇ ਨੋਟ ਕਰਨ ਵਾਲੇ ਪੁਆਇੰਟ ਆ ਨੰਬਰ 1 ਆਮ ਨਾਮ ਜਾਂ ਜਾਤੀਵਾਚਕ ਨਾਮ ਸੋ ਆਮ ਨਾਮ ਨੂੰ ਹੀ ਜਾਤੀਵਾਚਕ ਨਾਮ ਕਿਹਾ ਜਾਂਦਾ ਨੰਬਰ 2 ਖਾਸ ਨਾਮ ਜਾਂ ਨਿੱਜਵਾਚਕ ਨਾਮ ਖਾਸ ਨਾਮ ਤੇ ਨਿੱਜਵਾਚਕ ਨਾਮ ਸੇਮ ਹੀ ਹੁੰਦੇ ਆ ਨੰਬਰ 3 ਵਸਤੂਵਾਚਕ ਨਾਮ ਨੰਬਰ 4 ਇਕਾਠਵਾਚਕ ਨਾਮ ਤੇ ਨੰਬਰ 5 ਭਾਵਵਾਚਕ ਨਾਮ ਸੋ ਜਿਹੜੀਆਂ ਨਾਵਾਂਾਂ ਦੀਆਂ ਪੰਜ ਕਿਸਮਾਂ ਨੇ ਤੁਸੀਂ ਧਿਆਨ ਨਾਲ ਨੋਟ ਕਰ ਲੈਣੀਆਂ ਹੋਣਗੀਆਂ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਅਤੇ ਭਾਵਵਾਚਕ ਨਾਮ ਸੋ ਪੰਜ ਤਰ੍ਹਾਂ ਦੇ ਨਾਮ ਹੁੰਦੇ ਹਨ ਹਾਂਜੀ 10 ਨੰਬਰ ਤੇ ਕੁਐਸਚਨ ਹੈ ਸਿਆਣਿਆਂ ਦਾ ਲਿੰਗ ਬਦਲੋ ਇਹਨਾਂ ਦੇ ਵਿੱਚ ਆਪਾਂ ਸਿਆਣਿਆਂ ਦਾ ਲਿੰਗ ਬਦਲਣਾ ਤੇ ਸਹੀ ਆਪਸ਼ਨ ਚੂਜ਼ ਕਰਨਾ ਨੰਬਰ 1 ਨਿਆਣਿਆਂ ਨੰਬਰ 2 ਨਿਆਣੀਆਂ ਨੰਬਰ 3 ਸਿਆਣੀਆਂ ਨੰਬਰ 4 ਸਿਆਣੀਆਂ ਸੋ ਸਿਆਣਿਆਂ ਦਾ ਜਿਹੜਾ ਲਿੰਗ ਬਦਲਣਾ ਵਾਪਾ ਤਾਂ ਸਹੀ ਜਵਾਬ ਹੋ ਜੂਗਾ ਜੀ অপਸ਼ਨ ਨੰਬਰ 3 ਸਿਆਣਿਆਂ ਤੋਂ ਸਿਆਣੀਆਂ ਨੈਕਸਟ ਕੁਐਸਚਨ ਨੰਬਰ 11 ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ਤਾਂ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਕੇਸਮ ਨੰਬਰ 2 ਸੁਣਦੇ ਨੰਬਰ 3 ਨਾਰਕ ਜਾਂ ਨੰਬਰ 4 ਡਰ ਸੋ ਇਹਨਾਂ ਦੇ ਵਿੱਚੋਂ ਉਹ ਕਿਹੜਾ ਸ਼ਬਦ ਆ ਜਿਹੜਾ ਕਿਰਿਆ ਦਾ ਸ਼ਬਦ ਆ ਤਾਂ ਰਾਈਟ ਆਨਸਰ ਆ ਤੁਹਾਡਾ ਨੰਬਰ 2 ਸੁਣਦੇ ਆ ਜਿਹੜਾ ਸੁਣਦੇ ਸ਼ਬਦ ਆ ਇਹ ਕਿਰਿਆ ਹੈ ਹਾਂਜੀ ਨੈਕਸਟ ਪੰਜਾਬੀ ਦਾ ਇਸਤਰੀ ਲਿੰਗ ਕਿਹੜਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਤੇ ਪੰਜਾਬ ਨੰਬਰ 2 ਤੇ ਪੰਜਾਬਣ ਨੰਬਰ 3 ਤੇ ਪੰਜਾਬੂ ਜਾਂ ਨੰਬਰ 4 ਤੇ ਪੰਜਾਬੂ ਸੋ ਪੰਜਾਬੀ ਦਾ ਜਿਹੜਾ ਇਸਤਰੀ ਲਿੰਗ ਬਣਨਾ ਵਾ ਉਹ ਤੁਹਾਡਾ ਰਾਈਟ ਆਨਸਰ ਹੋਣਾ ਹੈ ਆਪਸ਼ਨ ਨੰਬਰ 2 ਪੰਜਾਬੀ ਤੋਂ ਪੰਜਾਬਣ ਨੈਕਸਟ ਹਾਂਜੀ 13 ਨੰਬਰ ਕੁਐਸਚਨ ਦੇਖਦੇ ਆਪਾਂ ਹੇਠ ਲਿਖਿਆਂ ਵਿੱਚੋਂ ਇਕਾਠਵਾਚਕ ਨਾਮ ਕਿਹੜਾ ਹੈ ਤਾਂ ਇਹਨਾਂ ਦੇ ਵਿੱਚੋਂ ਇਕੱਠਵਾਚਕ ਨਾਮ ਜਿਹੜਾ ਇਕੱਠ ਨੂੰ ਸੰਬੋਧਨ ਕਰਦਾ ਜਿੱਥੋਂ ਆਪਾਂ ਨੂੰ ਭੀੜ ਦਾ ਇਕੱਠ ਦਾ ਪਤਾ ਲੱਗਦਾ ਕਿਹੜਾ ਨੰਬਰ 1 ਲੋਕ ਨੰਬਰ 2 ਦਿਨ ਨੰਬਰ 3 ਮਸ਼ਹੂਰ ਤੇ ਨੰਬਰ 4 ਇਲਾਕਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਇਕੱਠਵਾਚਕ ਨਾਮ ਹੈ ਉਹ ਹੈਗਾ ਜੀ অপਸ਼ਨ ਨੰਬਰ 1 ਲੋਕ ਇਕੱਠਵਾਚਕ ਨਾਮ ਜਿਹੜੇ ਸ਼ਬਦ ਮਨੁੱਖਾਂ ਜੀਵਾਂ ਜਾਂ ਵਸਤਾਂ ਦੇ ਗਿਣਨਯੋਗ ਇਕੱਠ ਜਾਂ ਸਮੂਹ ਦਾ ਗਿਆਨ ਕਰਾਉਣ ਉਹਨਾਂ ਨੂੰ ਇਕੱਠਵਾਚਕ ਨਾਮ ਆਖਿਆ ਜਾਂਦਾ ਫੋਰ ਐਗਜ਼ਾਮਪਲ ਜਿਵੇਂ ਜੰਝ ਹੋਗੀ ਜਮਾਤ ਮੇਲਾ ਟੋਲੀ ਢਾਣੀ ਆਪਣੇ ਲੋਕ ਫੌਜ ਡਾਰ ਇਜੜ ਆਦ ਠੀਕ ਹੈ ਜੀ ਇਹ ਪੁਆਇੰਟ ਵੀ ਤੁਸੀਂ ਨੋਟ ਕਰਨੇ ਹੋਣਗੇ ਨੈਕਸਟ ਕੁਐਸਚਨ ਹੈ ਪੰਜਾਬੀ ਕਿਹੋ ਜਿਹੇ ਸੁਭਾਅ ਦੇ ਮਾਲਕ ਹੁੰਦੇ ਹਨ ਨੰਬਰ 1 ਤੇ ਖੁੱਲੇ ਡੁੱਲੇ ਨੰਬਰ 2 ਤੰਗ ਨੰਬਰ 3 ਕੰਜੂਸ ਨੰਬਰ 4 ਲਾਲਚੀ ਸੋ ਬਹੁਤ ਹੀ ਸੌਖਾ ਤੇ ਇਜ਼ੀ ਕੁਐਸਚਨ ਹੈ ਜਿਹੜੇ ਪੰਜਾਬੀ ਹੁੰਦੇ ਆ ਇਹ ਖੁੱਲੇ ਡੁੱਲੇ ਸੁਭਾਅ ਦੇ ਮਾਲਕ ਹੁੰਦੇ ਹਨ ਇੱਕ ਨੰਬਰ ਆਪਸ਼ਨ ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ 15 ਨੰਬਰ ਤੇ ਕੁਐਸਚਨ ਆ ਜੀ ਮੋਸਟ ਇੰਪੋਰਟੈਂਟ ਆ ਕਈ ਵਾਰ ਪੇਪਰਾਂ ਦੇ ਵਿੱਚ ਪੰਜਾਬੀ ਨਾਲ ਸੰਬੰਧਿਤ ਜੀਕੇ ਨਾਲ ਆ ਜਾਂਦਾ ਕਿ ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ ਨੰਬਰ 1 ਛਪਾਰ ਵਿੱਚ ਨੰਬਰ 2 ਜਰਗ ਵਿੱਚ ਨੰਬਰ 3 ਮਲੇਰ ਕੋਟਲੇ ਵਿੱਚ ਨੰਬਰ 4 ਜਗਰਾਵਾ ਵਿੱਚ ਸੋ ਇਸ ਤੇ ਕਾਫੀ ਸਾਰੇ ਗਾਣੇ ਵੀ ਬਣੇ ਹੋਏ ਨੇ ਸੋ ਰੋਸ਼ਨੀ ਦਾ ਮੇਲਾ ਵਾ ਜਿਹੜਾ ਇਹ ਲੱਗਦਾ ਆ ਜੀ ਆਪਸ਼ਨ ਨੰਬਰ 4 ਜਗਰਾਵਾ ਦੇ ਵਿੱਚ ਲੱਗਦਾ ਸੋ ਇਸ ਕੁਐਸਚਨ ਨੂੰ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਹੋਵੇਗਾ। ਇਹ ਕੁਐਸਚਨ ਨੰਬਰ 1 ਆ ਜੀ ਗਰਭ ਅਵਸਥਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਵਾਧਾ ਹੁੰਦਾ ਹੈ? ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਬਲੱਡ ਵੋਲੀਅਮ, ਨੰਬਰ 2 ਆਰ ਬੀ ਸੀ, ਪਲੇਟलेट्स, ਨੰਬਰ 3 ای ایس ਆਰ, ਨੰਬਰ 4 ਉਪਰੋਕਤ ਸਾਰੇ। ਸੋ ਜਦੋਂ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਆ, ਗਰਭ ਅਵਸਥਾ ਦੇ ਵਿੱਚ ਹੁੰਦੀ ਆ, ਤਾਂ ਇਹਨਾਂ ਸਾਰਿਆਂ ਦੇ ਵਿੱਚ ਹੀ ਵਾਧਾ ਹੁੰਦਾ ਚਾਹੇ ਉਹ ਬਲੱਡ ਵੋਲੀਅਮ ਆ ਆਰਬੀਸੀ ਪਲੇਟਲੇਟਸ ਆ ای ایس ਆਰ ਆ ਸੋ ਇਸ ਕਰਕੇ ਜਿਹੜਾ 4 ਨੰਬਰ ਆਪਸ਼ਨ ਹੈ ਇਹ ਆਪਣਾ ਸਹੀ ਜਵਾਬ ਹੋਵੇਗਾ ਉਪਰੋਕਤ ਸਾਰੇ ਨੈਕਸਟ ਆਪਾਂ ਦੇਖਦੇ ਆਂ ਜੀ ਕੁਐਸਚਨ ਨੰਬਰ 2 ਹਾਂਜੀ ਸੀਮਨ ਦਾ ਸਧਾਰਨ ਪੀ ਐਚ ਕਿੰਨਾ ਹੁੰਦਾ ਹੈ ਜਿਹੜਾ ਆਪਣਾ ਸੀਮਨ ਹੁੰਦਾ ਵਾ ਤਾਂ ਇਹਦਾ ਪੀ ਐਚ ਮਾਨ ਆ ਜਿਹੜਾ ਉਹ ਕਿੰਨਾ ਹੁੰਦਾ ਵਾ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਤੇ 7 ਨੰਬਰ 2 ਤੇ 6 ਨੰਬਰ 3 ਤੇ 9 ਤੇ ਨੰਬਰ 4 ਤੇ 8 ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੋਵੇਗਾ ਜੀ অপਸ਼ਨ ਨੰਬਰ 4 8 ਹੁੰਦਾ ਵਾ ਠੀਕ ਹੈ ਜੀ ਸੀਮਨ ਦਾ ਸਧਾਰਨ ਤਾਪਮਾਨ ਸੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 3 ਚਿਹਰੇ ਦੀ ਸਭ ਤੋਂ ਵੱਡੀ ਹੱਡੀ ਕਿਹੜੀ ਹੁੰਦੀ ਹੈ ਸਰੀਰ ਦੀ ਸਭ ਤੋਂ ਵੱਡੀ ਹੱਡੀ ਫੀਮਰ ਹੁੰਦੀ ਆ ਤੇ ਸਰੀਰ ਦੀ ਸਭ ਤੋਂ ਛੋਟੀ ਹੱਡੀ ਸਟੈਪੀਜ਼ ਹੁੰਦੀ ਆ ਜੋ ਕਿ ਕੰਨ ਵਿੱਚ ਹੁੰਦੀ ਆ ਤੇ ਜਿਹੜੀ ਫੀਮਰ ਹੱਡੀ ਆ ਇਹ ਆਪਣੀ ਲੱਤ ਦੇ ਵਿੱਚ ਹੁੰਦੀ ਆ ਠੀਕ ਹੈ ਜੀ ਤੇ ਹੁਣ ਇਹਨਾਂ ਨੇ ਪੁੱਛਿਆ ਵੀ ਚਿਹਰੇ ਦੀ ਸਭ ਤੋਂ ਵੱਡੀ ਹੱਡੀ ਕਿਹੜੀ ਹੁੰਦੀ ਆ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਮੈਕਜਲੀ ਨੰਬਰ 2 ਫੀਮਰ ਨੰਬਰ 3 ਸਟੈਪੇਜ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਮੈਂ ਆਲਰੇਡੀ ਦੱਸ ਚੁੱਕਿਆ ਹਾਂ ਕਿ ਸਭ ਤੋਂ ਵੱਡੀ ਸਰੀਰ ਦੀ ਹੱਡੀ ਫੀਮਰ ਆ ਉਸ ਤੋਂ ਸਭ ਤੋਂ ਛੋਟੀ ਸਟੈਪੇਜ ਕੰਨ ਦੇ ਵਿੱਚ ਆ ਠੀਕ ਹੈ ਜੀ ਤੇ ਜਿਹੜੀ ਚਿਹਰੇ ਦੀ ਸਭ ਤੋਂ ਵੱਡੀ ਹੱਡੀ ਆ ਉਹ ਹੈਗੀ ਆਪਸ਼ਨ ਨੰਬਰ 1 ਮੈਕਜਲੀ ਠੀਕ ਹੈ ਇਹ ਯਾਦ ਰੱਖਿਓ ਤੁਸੀਂ 4 ਨੰਬਰ ਕੁਐਸਚਨ ਆਪਾਂ ਦੇਖਦੇ ਹਾਂ ਮਨੁੱਖੀ ਅੱਖ ਵਿੱਚੋਂ ਹੰਝੂ ਕਿਸ ਗ੍ਰੰਥੀ ਰਾਹੀਂ ਬਾਹਰ ਨਿਕਲਦੇ ਹਨ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਰੇਟੀਨਾ ਨੰਬਰ 2 ਲੈਕ੍ਰੀਮਲ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜੀ ਆਪਣੀ ਅੱਖ ਹੁੰਦੀ ਆ ਇਹਦੇ ਵਿੱਚੋਂ ਜਦੋਂ ਹੰਝੂ ਬਾਹਰ ਨਿਕਲਦੇ ਆ ਤਾਂ ਉਹ ਕਿਸ ਗ੍ਰੰਥੀ ਰਾਹੀਂ ਨਿਕਲਦੇ ਆ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਹੋਊਗਾ ਉਹ ਹੈਗਾ ਜੀ ਆਪਸ਼ਨ ਨੰਬਰ 2 ਲੈਕ੍ਰੀਮਲ ਨੈਕਸਟ 5 ਨੰਬਰ ਤੇ ਕੁਐਸਚਨ ਹੈ ਜੀ ਮਨੁੱਖ ਦੀ ਅੱਖ ਵਿੱਚ ਲੈਂਸ ਕਿੱਥੇ ਹੁੰਦਾ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 ਪੁਤਲੀ ਦੇ ਅੱਗੇ ਨੰਬਰ 2 ਪੁਤਲੀ ਦੇ ਪਿੱਛੇ ਨੰਬਰ 3 ਅੱਖ ਦੇ ਵਿੱਚਕਾਰ ਨੰਬਰ 4 ਕੋਈ ਨਹੀਂ ਸੋ ਜਿਹੜੀ ਆਪਣੀ ਅੱਖ ਹੁੰਦੀ ਹੈ ਇਹਦੇ ਵਿੱਚ ਲੈਂਸ ਕਿੱਥੇ ਹੁੰਦਾ ਵਾ ਤਾਂ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਉਹ ਹੈਗਾ অপਸ਼ਨ ਨੰਬਰ 2 ਪੁਤਲੀ ਦੇ ਪਿੱਛੇ ਹੁੰਦਾ ਆ ਮਨੁੱਖ ਦੀ ਅੱਖ ਵਿੱਚ ਲੈਂਸ ਹਾਂਜੀ ਨੈਕਸਟ ਕੁਐਸਚਨ ਹੈ ਆਪਣਾ ਉਹ ਕਿਹੜਾ ਪ੍ਰਾਣੀ ਹੈ ਜਿਸ ਦੀ ਅੱਖ ਦਾ ਆਕਾਰ ਦਿਮਾਗ ਨਾਲੋਂ ਵੱਡਾ ਹੁੰਦਾ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 ਮੁਰਗਾ ਨੰਬਰ 2 ਛਤੁਰਮੁਰਗਾ ਨੰਬਰ 3 ਮੋਰ ਜਾਂ ਨੰਬਰ 4 ਕੋਈ ਨਹੀਂ ਸੋ ਮੁਰਗਾ ਆਪਾਂ ਨੇ ਦੇਖਿਆ ਹੀ ਹੋਇਆ ਵਾ ਮੋਰ ਵੀ ਦੇਖਿਆ ਹੋਇਆ ਵਾ ਰਹਿ ਗਿਆ ਛਤੁਰਮੁਰਗਾ ਠੀਕ ਹੈ ਜੀ ਸੋ ਇਹ ਤੁਹਾਡਾ ਸਹੀ ਜਵਾਬ ਆ ਕਿ ਜਿਹੜਾ ਛਤੁਰਮੁਰਗਾ ਵਾ ਉਹਦੀ ਅੱਖ ਦਾ ਆਕਾਰ ਉਹਦੇ ਦਿਮਾਗ ਨਾਲੋਂ ਵੀ ਵੱਡਾ ਹੁੰਦਾ ਵਾ ਨੈਕਸਟ 7 ਨੰਬਰ ਕੁਐਸਚਨ ਮਨੁੱਖ ਦੀ ਅੱਖ ਕਿੰਨੇ ਮੈਗਾਪਿਕਸਲ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 520 ਨੰਬਰ 2 120 ਨੰਬਰ 3 350 ਨੰਬਰ 4 576 ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਹੋਊਗਾ ਉਹ ਹੈਗਾ ਜੀ ਤੁਹਾਡਾ ਆਪਸ਼ਨ ਨੰਬਰ 4 ਜਿਹੜੀ ਮਨੁੱਖ ਦੀ ਅੱਖ ਹੁੰਦੀ ਹੈ ਇਹ 576 ਮੈਗਾਪਿਕਸਲ ਹੁੰਦੀ ਹੈ ਨੈਕਸਟ 8 ਨੰਬਰ ਕੁਐਸਚਨ ਮੋਡਲੀ ਸਹਾਇਤਾ ਕਦੋਂ ਤੱਕ ਦੇਣੀ ਚਾਹੀਦੀ ਹੈ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਰੋਗੀ ਦੇ ਠੀਕ ਹੋਣ ਤੱਕ ਨੰਬਰ 2 ਡਾਕਟਰ ਦੇ ਆਉਣ ਤੱਕ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜੀ ਮੋਡਲੀ ਸਹਾਇਤਾ ਵਾਏ ਕਦੋਂ ਤੱਕ ਦੇਣੀ ਚਾਹੀਦੀ ਆ ਤਾਂ ਤੁਹਾਡਾ ਸਹੀ ਜਵਾਬ ਹੋਵੇਗਾ ਆਪਸ਼ਨ ਨੰਬਰ 2 ਸੈਕਿੰਡ ਸੋ ਡਾਕਟਰ ਦੇ ਆਉਣ ਤੱਕ ਆ ਜਿਹੜੀ ਆਪਾਂ ਨੂੰ ਮੋਡਲੀ ਸਹਾਇਤਾ ਕਿਸੇ ਵੀ ਪੇਸ਼ੈਂਟ ਨੂੰ ਦੇਣੀ ਚਾਹੀਦੀ ਆ ਨੈਕਸਟ ਹਾਂਜੀ ਡੰਗ ਲੱਗਣ ਵਾਲਾ ਸਥਾਨ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ? ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਖੁਰਦਰਾ ਨੰਬਰ 2 ਕਾਲਾ ਹੋ ਜਾਂਦਾ ਹੈ ਨੰਬਰ 3 ਸੁੱਜਿਆ ਹੋਇਆ ਤੇ ਲਾਲ ਨੰਬਰ 4 ਉਪਰੋਕਤ ਸਾਰੇ। ਸੋ ਜਿਹੜਾ ਡੰਗ ਲੱਗਣ ਵਾਲਾ ਸਥਾਨ ਹੁੰਦਾ ਵਾ ਇਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਤਾਂ ਉੱਥੇ ਸੋਜਾ ਆ ਜਾਂਦਾ ਵਾ ਤੇ ਉਹ ਲਾਲ ਹੋ ਜਾਂਦਾ ਵਾ ਸੋ ਆਪਸ਼ਨ ਨੰਬਰ 3 ਤੁਹਾਡਾ ਸਹੀ ਜਵਾਬ ਹੋਵੇਗਾ। ਫਾਰ ਐਗਜ਼ਾਮਪਲ ਜਦੋਂ ਆਪਣੇ ਕਦੇ ਪ੍ਰਿੰਡ ਵੀ ਲੜਦੀ ਆ ਤਾਂ ਤੁਸੀਂ ਦੇਖਿਓ ਉੱਥੇ ਥੋੜਾ ਜਿਹਾ ਥੋੜੀ ਜੀ ਸਵੇਲਿੰਗ ਮਾੜੀ ਜੀ ਹੋ ਜਾਂਦੀ ਆ ਤੇ ਰੈਡਨੈਸ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਕੋਈ ਵੀ ਜਦੋਂ ਜ਼ਹਿਰੀਲੀ ਕੋਈ ਚੀਜ਼ ਕੱਟਦੀ ਆ ਤਾਂ ਉਹ ਸਥਾਨ ਆ ਜਿਹੜਾ ਉਹ ਸੁੱਜ ਕੇ ਲਾਲ ਹੋ ਜਾਂਦਾ ਹੈ ਨੈਕਸਟ 10 ਨੰਬਰ ਕੁਐਸਚਨ ਜੇਕਰ ਕਿਸੇ ਵਿਅਕਤੀ ਨੂੰ ਕੁੱਤੇ ਨੇ ਕੱਟਿਆ ਹੋਵੇ ਤਾਂ ਕਿੰਨੇ ਦਿਨ ਤੱਕ ਉਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਤੇ 20 ਦਿਨ ਨੰਬਰ 2 ਤੇ 10 ਦਿਨ ਨੰਬਰ 3 ਤੇ 14 ਦਿਨ ਨੰਬਰ 4 ਤੇ 30 ਦਿਨ ਸੋ ਜਦੋਂ ਕਿਸੇ ਨੂੰ ਕੋਈ ਕੁੱਤਾ ਕੱਟ ਲੈਂਦਾ ਵਾ ਤਾਂ ਉਹਦੀ ਉਹ ਬੰਦੇ ਦੀ ਜਾਂ ਉਹ ਬੱਚੇ ਦੀ ਜਾਂ ਕਿਸੇ ਦੀ ਵੀ ਕਿੰਨੇ ਦਿਨ ਤੱਕ ਆਪਾਂ ਨੂੰ ਸੌਰੀ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਸਹੀ ਜਵਾਬ ਹੋਊਗਾ ਤੁਹਾਡਾ ਆਪਸ਼ਨ ਨੰਬਰ 3 14 ਦਿਨਾਂ ਤੱਕ ਉਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਹਾਂਜੀ 11 ਨੰਬਰ ਕੁਐਸਚਨ ਹੈ ਆ ਗਰਭ ਵਿਚਲੇ ਬੱਚੇ ਦੀ ਧੜਕਣ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਸੁਣੀ ਜਾਂਦੀ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਸਥੈਥੋਸਕੋਪ ਨੰਬਰ 2 ਅਲਟਰਾਸਾਉਂਡ ਕਾਰਡੀਓਸਕੋਪ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜਾ ਬੱਚਾ ਗਰਭ ਦੇ ਵਿੱਚ ਹੁੰਦਾ ਵਾ ਤਾਂ ਉਸ ਦੀ ਧੜਕਣ ਸੁਣਨ ਦੇ ਲਈ ਜਦੋਂ ਆਪਾਂ ਸਕੈਨ ਕਰਦੇ ਆ ਜਾਂ ਉਸ ਜਦੋਂ ਸਕੈਨ ਕਰਦੇ ਆ ਉਦੋਂ ਵੀ ਉਹ ਲਾਉਂਦੇ ਹੁੰਦੇ ਆ ਅਲਟਰਾਸਾਉਂਡ ਕਾਰਡੀਓਸਕੋਪ ਸੋ ਉਸ ਦੇ ਇਸ ਦੇ ਰਾਹੀਂ ਜਿਹੜੀ ਗਰਭ ਵਿਚਲੇ ਬੱਚੇ ਦੀ ਧੜਕਣ ਹੈ ਉਹ ਸੁਣੀ ਜਾਂਦੀ ਹੈ ਨੈਕਸਟ ਆਪਾਂ ਦੇਖਦੇ ਆ ਜੀ ਕੁਐਸਚਨ ਨੰਬਰ 12 ਸੰਪੂਰਨ ਖੂਨ ਵਿੱਚ ਗਲੂਕੋਜ਼ ਦਾ ਪੱਧਰ 1 ਮਿੰਟ ਵਿੱਚ ਕਿਸ ਸਹਾਇਤਾ ਨਾਲ ਨਿਰਧਾਰਿਤ ਕੀਤਾ ਜਾਂਦਾ ਹੈ ਨੰਬਰ 1 ਗਲੂਕੋਜ਼ ਸਟ੍ਰਿਪ ਦੁਆਰਾ ਨੰਬਰ 2 ਡੈਕਸਟ੍ਰੋਟਿਕਸ ਰੀਐਜੈਂਟ ਸਟ੍ਰਿਪ ਦੁਆਰਾ ਨੰਬਰ 3 ਡ੍ਰਿਪ ਦੁਆਰਾ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਤੁਹਾਡਾ ਇਹਨਾਂ ਆਪਸ਼ਨਾਂ ਦੇ ਵਿੱਚੋਂ ਉਹ ਹੋ ਜਾਊਗਾ ਜੀ ਆਪਸ਼ਨ ਨੰਬਰ 2 ਡੈਕਸਟ੍ਰੋਟਿਕਸ ਰੀਜੈਂਟ ਸਟ੍ਰਿਪ ਦੁਆਰਾ ਇਹ ਕੁਐਸਚਨ ਆਪਾਂ ਸ਼ਾਇਦ ਪਹਿਲਾਂ ਵੀ ਕੀਤਾ ਹੋਇਆ ਵਾ ਨੈਕਸਟ ਹਾਂਜੀ ਪ੍ਰੋਟੀਨ ਲਈ ਹੀਟ ਲਿਖਿਆ ਵਿੱਚੋਂ ਕਿਹੜਾ ਪ੍ਰੀਖਣ ਕਰਦੇ ਹਾਂ ਨੰਬਰ 1 ਸ਼ਿਕ ਪ੍ਰੀਖਣ ਨੰਬਰ 2 ਕੁੰਬ ਪ੍ਰੀਖਣ ਨੰਬਰ 3 ਹੀਟ ਕੋਆਗੂਲੇਸ਼ਨ ਪ੍ਰੀਖਣ ਨੰਬਰ 4 ਜੁਆਇਨ ਪ੍ਰੀਖਣ ਸੋ ਇਸ ਦਾ ਸਹੀ ਜਵਾਬ ਕਿਹੜਾ ਹੋਊਗਾ ਜੀ ਉਹ ਹੋ ਜਾਏਗਾ ਆਪਸ਼ਨ ਨੰਬਰ 3 ਹੀਟ ਕੋਆਗੂਲੇਸ਼ਨ ਪ੍ਰੀਖਣ ਕੀਤਾ ਜਾਂਦਾ ਵਾ ਪ੍ਰੋਟੀਨ ਲਈ ਠੀਕ ਹੈ ਨੈਕਸਟ ਦੇਖਦੇ ਆਪਾਂ ਹਾਂਜੀ 14 ਨੰਬਰ ਤੇ ਕੁਐਸਚਨ ਹੈ ਸਰਵਿਕਸ ਦਾ ਆਰੰਭੇ ਕੈਂਸਰ ਕਿਸ ਦੁਆਰਾ ਕੀਤਾ ਜਾਂਦਾ ਹੈ ਨੰਬਰ 1 ਸਾਈਟੋਲੋਜੀ ਨੰਬਰ 2 ਹਿਸਟੋਲੋਜੀ ਨੰਬਰ 3 ਮੋਰੋਲੋਜੀ ਨੰਬਰ 4 ਹੈਕਟੋਲੋਜੀ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਹੋਣਾ ਵਾ ਉਹ ਹੈਗਾ ਸਰਵਿਕਸ ਦਾ ਜਿਹੜਾ ਆਰੰਭੇ ਕੈਂਸਰ ਆ ਉਹ ਕਿਸ ਦੁਆਰਾ ਕੀਤਾ ਜਾਂਦਾ ਆਪਸ਼ਨ ਨੰਬਰ 1 ਆ ਜਿਹੜਾ ਸਾਈਟੋਲੋਜੀ ਇਹ ਤੁਹਾਡਾ ਸਹੀ ਆਨਸਰ ਹੋ ਜਾਏਗਾ ਨੈਕਸਟ ਦੇਖਦੇ ਆ ਜੀ ਕੁਐਸਚਨ ਨੰਬਰ 15 ਤੇ ਆਪਣੀ ਅੱਜ ਦੀ ਵੀਡੀਓ ਦਾ ਇਹ ਲਾਸਟ ਕੁਐਸਚਨ ਹੈ ਲਾਰ ਦਾ ਜ਼ਿਆਦਾ ਰਸਾਅ ਕੀ ਅਖਵਾਉਂਦਾ ਹੈ অপਸ਼ਨ ਆ ਤੁਹਾਡੇ ਕੋਲ ਨੰਬਰ 1 ਇਨਫੈਕਸ਼ਨ ਨੰਬਰ 2 ਟੈਲੀਅਮ ਨੰਬਰ 3 ਆਸਮੋਲ ਲੇਲਟੀ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਹੈ ਆਪਣਾ ਉਹ ਹੋ ਜਾਊਗਾ ਜੀ অপਸ਼ਨ ਨੰਬਰ 2 ਹਾਂਜੀ ਯੂਨੀਵਰਸਲ ਡੋਨਰ ਬਲੱਡ ਗਰੁੱਪ ਕਿਹੜਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 A ਨੰਬਰ 2 B ਨੰਬਰ 3 AB ਪੋਜ਼ਿਟਿਵ ਨੰਬਰ 4 O ਨੈਗੇਟਿਵ ਸੋ ਇਹਨਾਂ ਦੇ ਵਿੱਚੋਂ ਕਿਹੜਾ ਬਲੱਡ ਗਰੁੱਪ ਆ ਯੂਨੀਵਰਸਲ ਡੋਨਰ ਸੋ ਜੇ ਤੁਹਾਡਾ ਸਹੀ ਜਿਹੜਾ ਆਨਸਰ ਹੋਊਗਾ ਵੈਸੇ ਨਰਸਿੰਗ ਪ੍ਰੋਫੈਸ਼ਨਲਿਆਂ ਨੂੰ ਇਹ ਪਤਾ ਹੀ ਹੋਊਗਾ ਸੋ ਆਪਸ਼ਨ ਨੰਬਰ 4 ਆ ਜਿਹੜਾ ਇਹ ਮੈਡੀਕਲ profession ਵਾਲਿਆਂ ਨੂੰ ਸੌਰੀ ਉਹ ਨੈਗੇਟਿਵ ਹੈ ਜਿਹੜਾ ਇਹ ਯੂਨੀਵਰਸਲ ਡੋਨਰ ਬਲੱਡ ਗਰੁੱਪ ਹੁੰਦਾ ਹੈ ਨੈਕਸਟ ਹਾਂਜੀ ਯੂਨੀਵਰਸਲ ਐਕਸੈਪਟਰ ਬਲੱਡ ਗਰੁੱਪ ਕਿਹੜਾ ਹੈ ਮਤਲਬ ਐਕਸੈਪਟਰ ਵੀ ਜਿਹੜਾ ਜਿਹੜੇ ਬੰਦੇ ਨੂੰ ਆਪਾਂ ਹਰੇਕ ਬਲੱਡ ਗਰੁੱਪ ਆ ਜਿਹੜਾ ਚੜਾ ਸਕਦੇ ਆ ਠੀਕ ਹੈ ਜੀ ਸੋ ਉਹ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਤੇ A ਨੰਬਰ 2 ਤੇ B ਨੰਬਰ 3 ਤੇ AB ਪੋਜ਼ਿਟਿਵ ਨੰਬਰ 4 ਤੇ O ਪੋਜ਼ਿਟਿਵ ਸੋ ਜਿਹੜਾ ਬਲੱਡ ਗਰੁੱਪ ਸਾਰੇ ਬਲੱਡ ਗਰੁੱਪਾਂ ਵਾਲਿਆਂ ਨੂੰ ਦਿੱਤਾ ਸਾਰੇ ਬਲੱਡ ਗਰੁੱਪਾਂ ਤੋਂ ਖੂਨ ਲੈ ਸਕਦਾ ਵਾ ਯੂਨੀਵਰਸਲ ਐਕਸੈਪਟਰ ਤਾਂ ਉਹ ਹੈਗਾ ਜੀ ਆਪਸ਼ਨ ਨੰਬਰ 3 AB ਪੋਜ਼ਿਟਿਵ ਠੀਕ ਹੈ ਨੈਕਸਟ ਹਾਂਜੀ ਤਿੰਨ ਨੰਬਰ ਕੁਐਸਚਨ ਆਪਾਂ ਦੇਖਦੇ ਹਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਟੈਸਟ ਟਿਊਬਰਕੂਲਿਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਡਿਕ ਟੈਸਟ ਨੰਬਰ 2 ਮੈਂਟੌਕਸ ਟੈਸਟ ਨੰਬਰ 3 ਵਿਡਾਲ ਟੈਸਟ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਕਿਹੜਾ ਟੈਸਟ ਆ ਜਿਹੜਾ ਟਿਊਬਰਕੂਲੋਸ ਦੇ ਨਾਂ ਨਾਲ ਜਾਣਿਆ ਜਾਂਦਾ ਤਾਂ ਜਿਹੜਾ ਤੁਹਾਡਾ ਸਹੀ ਜਵਾਬ ਸਹੀ ਆਨਸਰ ਹੋਣਾ ਵਾ ਉਹ ਹੈਗਾ ਵਾ ਆਪਸ਼ਨ ਨੰਬਰ 2nd ਦੋ ਨੰਬਰ ਆਪਸ਼ਨ ਤੁਹਾਡਾ ਸਹੀ ਜਵਾਬ ਆ ਮੈਂਟੌਕਸ ਟੈਸਟ ਨੈਕਸਟ ਕੁਐਸਚਨ ਨੰਬਰ 4 ਹਾਂਜੀ ਮਸ਼ਰੂਮ ਪੌਇਜ਼ਨਿੰਗ ਦਾ ਐਂਟੀਡੋਟ ਕਿਹੜਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਐਟ੍ਰੋਪਾਈਨ ਨੰਬਰ 2 ਤੇ ਨੈਲੋਕਸੋਨ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜੀ ਮਸ਼ਰੂਮ ਪੌਇਜ਼ਨਿੰਗ ਆ ਤਾਂ ਇਹਦਾ ਐਂਟੀਡੋਟ ਕਿਹੜਾ ਹੁੰਦਾ ਵਾ ਤਾਂ ਜਿਹੜਾ ਸਹੀ ਜਵਾਬ ਹੋਊਗਾ ਉਹ ਹੋਵੇਗਾ ਤੁਹਾਡਾ ਆਪਸ਼ਨ ਨੰਬਰ 1 ਐਟ੍ਰੋਪਾਈਨ ਠੀਕ ਹੈ ਜੀ ਨੈਕਸਟ ਆਪਾਂ ਵਧਦੇ ਹਾਂ ਕੁਐਸਚਨ ਨੰਬਰ 5 ਵਾਲਾ ਐਂਟੀ ਹੈਮਰੇਜਿਕ ਵਿਟਾਮਿਨ ਵਜੋਂ ਕਿਹੜੇ ਵਿਟਾਮਿਨ ਨੂੰ ਜਾਣਿਆ ਜਾਂਦਾ ਹੈ? ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਵਿਟਾਮਿਨ A, ਨੰਬਰ 2 ਵਿਟਾਮਿਨ B, ਨੰਬਰ 3 ਵਿਟਾਮਿਨ K, ਨੰਬਰ 4 ਵਿਟਾਮਿਨ D। ਸੋ ਐਂਟੀ ਹੈਮਰੇਜਿਕ ਵਿਟਾਮਿਨ ਵਜੋਂ ਇਹਨਾਂ ਦੇ ਵਿੱਚੋਂ ਕਿਹੜੇ ਵਿਟਾਮਿਨ ਨੂੰ ਕਿਹਾ ਜਾਂਦਾ ਵਾ ਜਾਂ ਜਾਣਿਆ ਜਾਂਦਾ ਹੈ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਹੋਵੇਗਾ ਉਹ ਹੈਗਾ ਆਪਸ਼ਨ ਨੰਬਰ 3 ਵਿਟਾਮਿਨ K ਨੂੰ ਐਂਟੀ ਹੈਮਰੇਜਿਕ ਵਿਟਾਮਿਨ ਵਜੋਂ ਵੀ ਜਾਣਿਆ ਜਾਂਦਾ ਹੈ ਹਾਂਜੀ ਨੈਕਸਟ 6 ਨੰਬਰ ਕੁਐਸਚਨ ਇੱਕ ਆਮ ਵਿਅਕਤੀ ਦਾ ਟਿਡਲ ਵੋਲੀਅਮ ਹੁੰਦਾ ਹੈ ਇੱਕ ਆਮ ਵਿਅਕਤੀ ਆ ਜਿਹੜਾ ਉਹਦਾ ਟਿਡਲ ਵੋਲੀਅਮ ਕਿੰਨਾ ਹੁੰਦਾ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 300 ਐਮਐਲ ਨੰਬਰ 2 400 ਐਮਐਲ ਨੰਬਰ 3 200 ਐਮਐਲ ਜਾਂ ਨੰਬਰ 4 500 ਐਮਐਲ ਸੋ ਇੱਕ ਆਮ ਵਿਅਕਤੀ ਹੁੰਦਾ ਜਿਹੜਾ ਉਹਦਾ ਟਿਡਲ ਵੋਲੀਅਮ ਹੁੰਦਾ ਵਾ ਜੀ ਆਪਸ਼ਨ ਨੰਬਰ 4 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਹੋਵੇਗਾ 500 ਐਮਐਲ ਨੈਕਸਟ ਆਪਾਂ ਵਧਦੇ ਹਾਂ ਕੁਐਸਚਨ ਨੰਬਰ 7 ਵੱਲ ਇੰਪੋਰਟੈਂਟ ਕੁਐਸਚਨ ਇਹ ਠੀਕ ਹੈ ਸੌਖਾ ਵੀ ਆ ਕਿ ਨਾਰਮਲ ਰੈਸਪਾਇਰੇਟਰੀ ਰੇਟ ਹੁੰਦਾ ਹੈ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 14 ਮਿੰਟ ਨੰਬਰ 2 15 ਮਿੰਟ ਨੰਬਰ 3 16 ਮਿੰਟ ਨੰਬਰ 4 24 ਮਿੰਟ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਹੋਊਗਾ ਉਹ ਹੈਗਾ ਜੀ ਆਪਸ਼ਨ ਨੰਬਰ 3 16 ਮਿੰਟ ਠੀਕ ਹੈ ਜੀ ਸੋ ਵਧਦੇ ਆਂ ਨੈਕਸਟ ਕੁਐਸਚਨ ਵੱਲ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਪਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਭਾਰਤ ਸਰਕਾਰ ਨੇ ਕੋਵਿਡ ਮਰੀਜ਼ਾਂ ਨੂੰ ਟਰੈਕ ਕਰਨ ਲਈ ਕਿਹੜਾ ਐਪ ਲਾਂਚ ਕੀਤਾ ਸੀ ਕੋਵਿਡ ਦੇ ਦੌਰਾਨ ਕੋਵਿਡ ਮਰੀਜ਼ਾਂ ਨੂੰ ਟਰੈਕ ਕਰਨ ਲਈ ਕਿਹੜਾ ਐਪ ਲਾਂਚ ਕੀਤਾ ਸੀ ਤਾਂ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਕੋਵੈਪ ਨੰਬਰ 2 arogya setu app ਨੰਬਰ 3 ਧੋਮੇ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਆਨਸਰ ਹੋਵੇਗਾ ਤੁਹਾਡਾ ਉਹ ਹੋ ਜੂਗਾ ਜੀ অপਸ਼ਨ ਨੰਬਰ 2 arogya setu app ਸੌਰੀ ਇੰਡੀਅਨ ਗਵਰਨਮੈਂਟ ਨੇ ਲਾਂਚ ਕੀਤਾ ਸੀਗਾ ਤੇ ਜਿਹੜਾ ਕੋਵਾ ਐਪ ਸੀਗਾ ਇਹ ਪੰਜਾਬ ਗਵਰਨਮੈਂਟ ਨੇ ਲਾਂਚ ਕੀਤਾ ਸੀ ਇਹ ਪੁਆਇੰਟ ਵੀ ਤੁਸੀਂ ਨੋਟ ਕਰ ਲਿਓ ਨੈਕਸਟ ਮਨੁੱਖੀ ਸਰੀਰ ਵਿੱਚ ਪਲੇਟਲੈਟਸ ਦੀ ਸੰਖਿਆ ਕਿੰਨੀ ਹੁੰਦੀ ਹੈ? ਆਪਸ਼ਨ ਤੁਹਾਡੇ ਕੋਲ ਆ ਨੰਬਰ 1 1 ਲੱਖ ਤੋਂ 5 ਲੱਖ ਨੰਬਰ 2 50 ਹਜ਼ਾਰ ਤੋਂ 1 ਲੱਖ ਨੰਬਰ 3 1 ਲੱਖ ਤੋਂ 4 ਲੱਖ ਨੰਬਰ 4 1 ਲੱਖ ਤੋਂ 7 ਲੱਖ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਤੁਹਾਡਾ ਉਹ ਹੋ ਜੂਗਾ ਜੀ ਆਪਸ਼ਨ ਨੰਬਰ 3 1 ਲੱਖ ਤੋਂ ਲੈ ਕੇ 4 ਲੱਖ ਤੱਕ ਜਿਹੜੇ ਪਲੇਟਲੇਟਸ ਆ ਉਹ ਹੋ ਸਕਦੇ ਆ ਜੇਕਰ ਇਹ ਘਟਦੇ ਆ ਤਾਂ ਡੇਂਗੂ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਵੱਧ ਜਾਂਦੇ ਆ ਹਾਂਜੀ ਪਲੇਟਲੇਟਸ ਕਿਸ ਵਿੱਚ ਮਦਦ ਕਰਦੇ ਹਨ ਨੰਬਰ 1 ਤੇ ਖੂਨ ਨੂੰ ਪਤਲਾ ਕਰਨ ਵਿੱਚ ਨੰਬਰ 2 ਖੂਨ ਗਾੜਾ ਕਰਨ ਵਿੱਚ ਨੰਬਰ 3 ਬਲੱਡ ਕਲੋਟਿੰਗ ਵਿੱਚ ਨੰਬਰ 4 ਬਲੱਡ ਕਲੀਅਰ ਕਰਨ ਵਿੱਚ ਸੋ ਜਿਹੜੇ ਪਲੇਟਲੇਟਸ ਹੁੰਦੇ ਆ ਇਹ ਕਿਸ ਵਿੱਚ ਮਦਦ ਕਰਦੇ ਆ ਤਾਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੋਜੂਗਾ ਜੀ অপਸ਼ਨ ਨੰਬਰ 3 ਬਲੱਡ ਕਲੌਥਿੰਗ ਵਿੱਚ ਸੋ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 11 ਐਮ ਪੀ ਐਚ ਤੇ ਏ ਐਨ ਐਮ ਦੇ ਪੇਪਰ ਲਈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇੱਕ ਏ ਐਨ ਐਮ ਕਿੰਨੀ ਜਨਸੰਖਿਆ ਦੇ ਉੱਪਰ ਹੁੰਦੀ ਹੈ অপਸ਼ਨ ਨੇ ਤੁਹਾਡੇ ਕੋਲ ਨੰਬਰ 1 1000 ਨੰਬਰ 2 2000 ਨੰਬਰ 3 4000 ਨੰਬਰ 4 5000 ਜਿਹੜੀ 1 एएनएम ਹੁੰਦੀ ਆ ਉਹ ਕਿੰਨੇ ਜਨਸੰਖਿਆ ਦੇ ਉੱਪਰ ਹੁੰਦੀ ਆ ਤਾਂ ਜਿਹੜਾ ਤੁਹਾਡਾ ਸਹੀ ਜਵਾਬ ਹੋਵੇਗਾ ਉਹ ਹੋਵੇਗਾ ਜੀ অপਸ਼ਨ ਨੰਬਰ 4 ਨੈਕਸਟ ਆਪਾਂ ਵਧਦੇ ਆਂ ਕੁਐਸਚਨ ਨੰਬਰ 12 ਦੇ ਵੱਲ ਹਾਂਜੀ ਦੁੱਧ ਦੇ ਕਿੰਨੇ ਦੰਦ ਹੁੰਦੇ ਹਨ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਬੀ ਨੰਬਰ 2 22 ਨੰਬਰ 3 18 ਨੰਬਰ 4 32 ਸੋ ਕਿੰਨੇ ਦੰਦ ਹੁੰਦੇ ਆ ਜਿਹੜੇ ਆਪਣੇ ਦੁੱਧ ਦੇ ਦੰਦ ਕਹਿ ਦਿੰਦੇ ਆ ਜਿਹੜੇ ਆਪਣੇ ਦੰਦ ਦੁਬਾਰਾ ਆਉਂਦੇ ਆ ਸੋ ਸਹੀ ਜਵਾਬ ਹੋਊਗਾ ਤੁਹਾਡਾ ਆਪਸ਼ਨ ਨੰਬਰ 1 20 ਦੰਦ ਹੁੰਦੇ ਆ ਤੇ ਇਹ ਦੁਬਾਰਾ ਵੀ ਆਉਂਦੇ ਹਨ ਹਾਂਜੀ ਨੈਕਸਟ ਕੁਐਸਚਨ ਬਨਾਉਟੀ ਸਾਧੀਆਂ ਕਿੰਨੀਆਂ ਵਿਧੀਆਂ ਹੁੰਦੀਆਂ ਹਨ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 4 ਨੰਬਰ 2 5 ਨੰਬਰ 3 2 ਨੰਬਰ 4 3 ਸੋ ਬਿਨੌਟਿਸ ਆਦੀਆਂ ਕਿੰਨੀਆਂ ਵਿਧੀਆਂ ਹੁੰਦੀਆਂ ਨੇ ਤਾਂ ਜਿਹੜਾ ਸਹੀ ਜਵਾਬ ਹੋਵੇਗਾ ਤੁਹਾਡਾ ਉਹ ਹੋ ਜੂਗਾ ਜੀ অপਸ਼ਨ ਨੰਬਰ 3 ਦੋ ਵਿਧੀਆਂ ਹੁੰਦੀਆਂ ਹਨ ਨੈਕਸਟ ਕੁਐਸਚਨ ਹਾਂਜੀ ਜੇਕਰ ਕੋਈ ਵਿਅਕਤੀ ਬਿਜਲੀ ਦੀ ਤਾਰ ਨਾਲ ਚਿਪਕ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਤਾਂ ਜਿਹੜਾ ਸਹੀ ਆਪਸ਼ਨ ਹੈ ਸੌਰੀ ਨੰਬਰ 1 ਉਸ ਤੋਂ ਦੂਰ ਰਹਿਣਾ ਚਾਹੀਦਾ ਹੈ ਨੰਬਰ 2 ਉਸ ਤੇ ਪਾਣੀ ਪਾਉਣਾ ਚਾਹੀਦਾ ਹੈ ਨੰਬਰ 3 ਸੁੱਕੀ ਲੱਕੜੀ ਨਾਲ ਉਸ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨੰਬਰ 4 ਉਪਰੋਕਤ ਸਾਰੇ ਸੋ ਇਹਨਾਂ ਦੇ ਵਿੱਚੋਂ ਜੇਕਰ ਕੋਈ ਵਿਅਕਤੀ ਬਿਜਲੀ ਦੀ ਤਾਰ ਨਾਲ ਚਿੰਬੜ ਜਾਂਦਾ ਵਾ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਸਹੀ ਜਵਾਬ ਹੋਵੇਗਾ ਜੀ অপਸ਼ਨ ਨੰਬਰ 3 ਸੁੱਕੀ ਲੱਕੜੀ ਨਾਲ ਉਸ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਇਲੈਕਟ੍ਰਿਸਿਟੀ ਹੈ ਇਹ ਲੱਕੜ ਦੇ ਵਿੱਚ ਦੀ ਕ੍ਰੋਸ ਨਹੀਂ ਕਰਦੀ ਨੈਕਸਟ ਹਾਂਜੀ ਕੁਐਸਚਨ ਨੰਬਰ 15 ABC ਦਾ ਪੂਰਾ ਨਾਮ ਕੀ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲ 에ਅਰਵੇ ਬਰੀਥਿੰਗ ਸਰਕੂਲੇਸ਼ਨ ਨੰਬਰ 2 에ਅਰਵੇ ਬਰੀਥਿੰਗ ਸਰਕਟ ਨੰਬਰ 3 ਦੋਵੇਂ ਨੰਬਰ 4 ਕੋਈ ਨਹੀਂ ਸੋ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਇਦਾਂ ਦੇ ਕੁਐਸਚਨ ਵੀ ਪੇਪਰ ਦੇ ਵਿੱਚ ਆ ਸਕਦੇ ਆ ABC ਦਾ ਪੂਰਾ ਨਾਮ ਕੀ ਹੈ ਜੀ ਤਾਂ ਤੁਹਾਡਾ ਸਹੀ ਜਵਾਬ ਹੋਵੇਗਾ ਆਪਸ਼ਨ ਨੰਬਰ 1 에ਅਰਵੇ ਬਰੀਥਿੰਗ ਸਰਕੂਲੇਸ਼ਨ ਇਹ ਫੁੱਲ ਫਾਰਮ ਆ ABC ਦੀ ਕਿਹੜਾ ਸ਼ਹਿਰ ਸਤਲੁਜ ਨਦੀ ਦੇ ਕੰਢੇ ਤੇ ਵਸਿਆ ਹੈ ਤਾਂ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਤੇ ਪਟਿਆਲਾ ਨੰਬਰ 2 ਤੇ ਫਿਰੋਜ਼ਪੁਰ ਨੰਬਰ 3 ਤੇ ਫਲੋਰ ਜਾਂ ਨੰਬਰ 4 ਤੇ ਮਾਨਸਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਇਹਨਾਂ ਦੇ ਵਿੱਚੋਂ ਜਿਹੜਾ ਫਲੋਰ ਸ਼ਹਿਰ ਆ ਉਹ ਸਤਲੁਜ ਨਦੀ ਦੇ ਕੰਢੇ ਤੇ ਵਸਿਆ ਹੋਇਆ ਵਾ ਸੋ অপਸ਼ਨ ਨੰਬਰ 3 ਤੁਹਾਡਾ ਸਹੀ ਆਂਸਰ ਹੋਵੇਗਾ ਨੈਕਸਟ ਕੁਐਸਚਨ ਹਾਂਜੀ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਤੇ ਸ਼ੀਸ਼ਮ ਨੰਬਰ 2 ਤੇ ਟਾਲੀ ਨੰਬਰ 3 ਤੇ ਦੋਵੇ ਜਾਂ ਨੰਬਰ 4 ਤੇ ਬੋਹੜ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ 1 ਜਿਹੜਾ ਸ਼ੀਸ਼ਮ ਨਾਂ ਦਾ ਦਰਖਤ ਹੈ ਇਹ ਪੰਜਾਬ ਦਾ ਰਾਜ ਦਰਖਤ ਹੈ ਸੋ অপশন নাম্বার 1 ਤੁਹਾਡਾ ਸਹੀ ਜਵਾਬ ਹੋਵੇਗਾ। ਹਾਂਜੀ ਪੰਜਾਬ ਯੂਨੀਵਰਸਿਟੀ ਸਥਿਤ ਹੈ। ਇੰਪੋਰਟੈਂਟ ਕੁਐਸਚਨ ਹੈ। ਤਾਂ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਤੇ ਲੁਧਿਆਣਾ, ਨੰਬਰ 2 ਤੇ ਪਟਿਆਲਾ, ਨੰਬਰ 3 ਤੇ ਅੰਮ੍ਰਿਤਸਰ ਤੇ ਨੰਬਰ 4 ਤੇ ਚੰਡੀਗੜ੍ਹ। ਸੋ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹਨਾਂ ਦੇ ਵਿੱਚੋਂ ਕਿੱਥੇ ਸਥਿਤ ਹੈ ਮੋਸਟਲੀ ਕੈਂਡੀਡੇਟਸ ਨੂੰ ਇਹਦਾ ਆਨਸਰ ਪਤਾ ਹੀ ਹੋਊਗਾ ਸੋ ਸਹੀ ਜਵਾਬ ਹੈਗਾ ਵਾਜੀ অপਸ਼ਨ ਨੰਬਰ 4 ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਆ ਤੇ ਜਿਹੜੀ ਪੰਜਾਬੀ ਯੂਨੀਵਰਸਿਟੀ ਆ ਇਹ ਕਿੱਥੇ ਆ ਜੀ ਪਟਿਆਲੇ ਤੇ ਨਾਲ ਦੀ ਨਾਲ ਗੁਰੂ ਨਾਨਕ ਯੂਨੀਵਰਸਿਟੀ ਆ ਜਿਹੜੀ ਉਹ ਅੰਮ੍ਰਿਤਸਰ ਸਥਿਤ ਹੈ ਤੇ ਜੇਕਰ ਕੁਐਸਚਨ ਆਵੇ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿੱਥੇ ਆ ਤਾਂ ਉਹ ਲੁਧਿਆਣਾ ਆ ਠੀਕ ਹੈ ਜੀ ਇਸ ਤੋਂ ਇਲਾਵਾ ਪੀਟੀਯੂ ਜਲੰਧਰ ਆ ਤੇ ਐਲਪੀਯੂ ਵੀ ਜਲੰਧਰ ਹੀ ਹੈ ਮਤਲਬ ਫਗਵਾੜੇ ਦੇ ਕੋਲ ਆ ਜਲੰਧਰ ਹੀ ਆਵੇਗਾ ਸੋ ਨੈਕਸਟ ਆਪਾਂ ਦੇਖਦੇ ਹਾਂ ਅਗਲਾ ਕੁਐਸਚਨ ਕਿਹੜੇ ਸ਼ਹਿਰ ਨੂੰ ਸਿਟੀ ਆਫ ਗਾਰਡਨ ਵੀ ਕਿਹਾ ਜਾਂਦਾ ਹੈ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਅੰਮ੍ਰਿਤਸਰ ਨੰਬਰ 2 ਚੰਡੀਗੜ੍ਹ ਨੰਬਰ 3 ਪਟਿਆਲਾ ਜਾਂ ਨੰਬਰ 4 ਸੰਗਰੂਰ ਸੋ ਇਹ ਇੰਪੋਰਟੈਂਟ ਕੁਐਸਚਨ ਹੈ ਕਾਫੀ ਬੇਰੀ ਪੇਪਰਾਂ ਦੇ ਵਿੱਚ ਆਉਂਦਾ ਰਹਿੰਦਾ ਵਾ ਸੋ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹਨਾਂ ਨੇ ਪੁੱਛਿਆ ਵੀ ਕਿਹੜੇ ਸ਼ਹਿਰ ਨੂੰ ਸਿਟੀ ਆਫ ਗਾਰਡਨ ਵੀ ਕਿਹਾ ਜਾਂਦਾ ਹੈ ਬਹੁਤ ਸਾਰੇ ਬੱਚੇ ਕਨਫਿਊਜ਼ ਹੋ ਕੇ ਚੰਡੀਗੜ੍ਹ ਤੇ ਟਿਕ ਕਰ ਦਿੰਦੇ ਆ ਸੋ ਚੰਡੀਗੜ੍ਹ ਇਹਦਾ ਰੋਂਗ ਆਨਸਰ ਹੈ ਇਸ ਦਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ 3 ਪਟਿਆਲੇ ਨੂੰ ਸਿਟੀ ਆਫ ਗਾਰਡਨ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਕਿਹੜੀ ਨਦੀ ਭਾਰਤੀ ਪੰਜਾਬ ਵਿੱਚ ਨਹੀਂ ਹੈ ਸੋ ਇਹਨਾਂ ਦੇ ਵਿੱਚੋਂ ਉਹ ਕਿਹੜੀ ਨਦੀ ਆ ਜਿਹੜੀ ਭਾਰਤੀ ਪੰਜਾਬ ਦੇ ਵਿੱਚ ਇਸ ਟਾਈਮ ਨਹੀਂ ਹੈ ਤਾਂ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਸਤਲੁਜ ਨੰਬਰ 2 ਬਿਆਸ ਨੰਬਰ 3 ਘੱਗਰ ਨੰਬਰ 4 ਚਨਾਬ ਸੋ ਪਤਾ ਲੱਗ ਗਿਆ ਹੋਣਾ ਵਾ ਸਤਲੁਜ ਪੰਜਾਬ ਦੇ ਵਿੱਚ ਆ ਬਿਆਸ ਵੀ ਪੰਜਾਬ ਵਿੱਚੋਂ ਲੰਘਦੀ ਆ ਖੱਗਰ ਦੇ ਵਿੱਚ ਪਿੱਛੇ ਜੇ ਹੜ੍ਹ ਬਹੁਤ ਆਇਆ ਤੁਹਾਨੂੰ ਪਤਾ ਹੀ ਹੋਣਾ ਵਾ ਉਹ ਵੀ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਲੰਘਦੀ ਆ ਸੋ ਇਸ ਕਰਕੇ ਜਿਹੜਾ ਸਹੀ ਜਵਾਬ ਆ ਉਹ ਹੋਊਗਾ ਜੀ ਤੁਹਾਡਾ ਆਪਸ਼ਨ ਨੰਬਰ 4 ਚਨਾਬ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜ ਨਦੀਆਂ ਵਗਦੀਆਂ ਸੀ ਠੀਕ ਹੈ ਜੀ ਸਤਲੁਜ ਬਿਆਸ ਖੱਗਰ ਚਨਾਬ ਰਾਵੀ ਤੇ ਜੇਲਮ 6 ਹੋ ਗਈਆਂ ਠੀਕ ਹੈ ਜੀ ਖੱਗਰ ਪਾ ਕੇ 6 ਹੋ ਗਈਆਂ ਜੇਲਮ ਤੇ ਪੰਜਾਬ ਦੀ ਜਦੋਂ ਵੰਡ ਹੋ ਗਈ ਤਾਂ ਉਸ ਤੋਂ ਬਾਅਦ ਸਿਰਫ ਤਿੰਨ ਦਰਿਆ ਪੰਜਾਬ ਦੇ ਹਿੱਸੇ ਆਏ ਆ ਠੀਕ ਹੈ ਜੀ ਰਾਵੀ ਦਾ ਕੁਝ ਹਿੱਸਾ ਬਿਆਸ ਅਤੇ ਸਤਲੁਜ ਤੇ ਉਸ ਤੋਂ ਬਾਅਦ ਪੰਜਾਬ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਕਿ ਪੰਜਾਬ ਜਿਹੜਾ ਅਜੋਕਾ ਪੰਜਾਬ ਹੈ ਉਹ ਕਦੋਂ ਹੋਂਦ ਵਿੱਚ ਆਇਆ ਤਾਂ ਤੁਸੀਂ ਨੋਟ ਕਰਨਾ ਹੋਊਗਾ 1 ਨਵੰਬਰ 1966 ਨੂੰ ਅਜੋਕਾ ਪੰਜਾਬ ਹੋਂਦ ਵਿੱਚ ਆਇਆ ਸੀਗਾ 1966 ਨੂੰ ਇਹਦੇ ਵਿੱਚੋਂ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਦਾ ਕੁਝ ਹਿੱਸਾ ਅਲੱਗ ਕਰਕੇ ਭਾਸ਼ਾ ਦੇ ਆਧਾਰ ਤੇ ਸੂਬੇ ਬਣਾ ਦਿੱਤੇ ਗਏ ਸੀ ਨੈਕਸਟ ਪੰਜਾਬ ਦੀਆਂ ਦੋ ਮਹੱਤਵਪੂਰਨ ਫਸਲਾਂ ਕਿਹੜੀਆਂ ਹਨ ਸੋ ਇਹਨਾਂ ਦੇ ਵਿੱਚੋਂ ਜਿਹੜੀਆਂ ਪੰਜਾਬ ਦੀਆਂ ਦੋ ਮਹੱਤਵਪੂਰਨ ਫਸਲਾਂ ਨੇ অপਸ਼ਨ ਨੰਬਰ 1 ਕਣਕ ਅਤੇ ਚੌਲ ਨੰਬਰ 2 ਚਾਵਲ ਅਤੇ ਦਾਲਾਂ ਨੰਬਰ 3 ਕਣਕ ਅਤੇ ਗੰਨਾ ਨੰਬਰ 3 ਕਪਾਹ ਅਤੇ ਮੱਕੀ ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕੇ ਪੰਜਾਬ ਦੀਆਂ ਇਹਨਾਂ ਦੇ ਵਿੱਚੋਂ ਜਿਹੜੀਆਂ ਇਸ ਟਾਈਮ ਤੇ ਦੋ ਮਹੱਤਵਪੂਰਨ ਫਸਲਾਂ ਨੇ ਜਿਨ੍ਹਾਂ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਪੰਜਾਬ ਵਿੱਚ ਹੁੰਦੀ ਆ ਤਾਂ ਉਹ ਹੈਗੀਆਂ ਨੇ ਜੀ ਕਣਕ ਅਤੇ ਝੋੜ ਕਣਕ ਤੇ ਝੋਨਾ ਵੀ ਆਪਾਂ ਕਹਿ ਸਕਦੇ ਹਾਂ ਸੋ ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ ਮੌਜੂਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ ਮੈਂ ਆਲਰੇਡੀ ਇਸ ਕੁਐਸਚਨ ਤੇ ਗੱਲ ਕਰ ਚੁੱਕਿਆ ਹਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 1966 ਨੰਬਰ 2 1970 ਨੰਬਰ 3 1965 ਜਾਂ ਨੰਬਰ 4 1961 ਸੋ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਦੇਵੋਗੇ ਕਿਉਂਕਿ ਮੈਂ ਹੁਣੇ ਹੀ ਪਿਛਲੇ ਕੁਐਸਚਨਾਂ ਦੇ ਵਿੱਚ ਇਸ ਕੁਐਸਚਨ ਤੇ ਡਿਸਕਸ ਕਰਕੇ ਹਟਿਆ ਸੋ ਦੇਖਦੇ ਹਾਂ ਕਿੰਨੇ ਬੱਚੇ ਧਿਆਨ ਨਾਲ ਵੀਡੀਓ ਦੇਖ ਰਹੇ ਸੀ ਤੇ ਕਿੰਨੇ ਬੱਚੇ ਇਸ ਕੁਐਸਚਨ ਦਾ ਸਹੀ ਆਨਸਰ ਦਿੰਦੇ ਨੇ ਨੈਕਸਟ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਹੈ ਸੋ ਸਭ ਤੋਂ ਘੱਟ ਪੜਿਆ ਲਿਖਿਆ ਜ਼ਿਲ੍ਹਾ ਕਿਸ ਨੂੰ ਮੰਨਿਆ ਜਾਂਦਾ ਵਾ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਬਠਿੰਡਾ ਨੰਬਰ 2 ਮਾਨਸਾ ਨੰਬਰ 3 ਬਰਨਾਲਾ ਤੇ ਨੰਬਰ 4 ਫਾਜ਼ਿਲਕਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋ ਜਾਏਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ ਸੈਕੰਡ ਜਿਹੜਾ ਲਿਟਰੇਸੀ ਰੇਟ ਆ ਇੱਥੇ ਘੱਟ ਸੀਗਾ ਪਰ ਇਹ ਅੱਜ ਤੋਂ 10 ਸਾਲ ਪਹਿਲਾਂ ਜਦੋਂ ਜਾਣਗਣਨਾ ਹੋਈ ਸੀ ਉਦੋਂ ਦੀਆਂ ਗੱਲਾਂ ਨੇਗੀਆਂ ਹੁਣ ਜਿਹੜਾ ਮਾਨਸਾ ਡਿਸਟ੍ਰਿਕਟ ਆ ਇਹ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਵਾ ਕਿਸੇ ਵੀ ਪੱਖੋਂ ਲਿਟਰੇਸੀ ਪੱਖੋਂ ਜਾਂ ਅੱਜਕੱਲ ਜੇਕਰ ਤੁਸੀਂ ਦੇਖਦੇ ਹੋਵੋਗੇ ਸਿੰਗਿੰਗ ਲਾਈਨ ਦੇ ਵਿੱਚ ਮੋਸਟਲੀ ਜਿਹੜੇ ਸਿੰਗਰ ਨੇ ਉਹ ਮਾਨਸਾ ਦੇ ਸਿੰਗਰਾਂ ਦਾ ਬੋਲਬਾਲਾ ਵਾ ਸੋ ਲਿਟਰੇਸੀ ਰੇਟ ਇੱਥੇ ਬਹੁਤ ਇੰਪਰੂਵ ਹੋ ਚੁੱਕਿਆ ਵਾ ਸੋ ਇਸ ਕਰਕੇ ਇਹਨੂੰ ਵੀ ਹੁਣ ਆਪਾਂ ਨਹੀਂ ਕਹਿ ਸਕਦੇ ਹੈਗੇ ਬਟ ਅਕੋਰਡਿੰਗ ਟੂ ਕਾਗਜ਼ਾਂ ਦੇ ਅਨੁਸਾਰ ਹਲੇ ਇਹ ਲਿਸਟ ਦੇ ਵਿੱਚ ਸਭ ਤੋਂ ਜਿੱਥੇ ਸਾਖਰਤਾ ਦਰ ਘਟਿਆ ਤਾਂ ਉੱਥੇ ਸਹੀ ਜਵਾਬ ਹੋਊਗਾ ਤੁਹਾਡਾ ਮਾਨਸਾ ਨੈਕਸਟ ਹਾਂਜੀ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਸੰਘਣੀ ਆਬਾਦੀ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਲੁਧਿਆਣਾ ਨੰਬਰ 2 ਪਟਿਆਲਾ ਨੰਬਰ 3 ਨਵਾਂ ਸ਼ਹਿਰ ਨੰਬਰ 4 ਚਿਲੰਦਰ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਊਗਾ ਸੰਘਣੀ ਆਬਾਦੀ ਸਭ ਤੋਂ ਕਿੱਥੇ ਆ ਜੀ ਤਾਂ ਉਹ ਹੋਊਗਾ ਸਹੀ ਜਵਾਬ অপਸ਼ਨ ਨੰਬਰ 1 ਜਿਹੜਾ ਲੁਧਿਆਣਾ ਡਿਸਟ੍ਰਿਕਟ ਆ ਇੱਥੇ ਸਭ ਤੋਂ ਸੰਘਣੀ ਆਬਾਦੀ ਹੈ ਠੀਕ ਹੈ ਜੀ ਸਭ ਤੋਂ ਜ਼ਿਆਦਾ ਆਬਾਦੀ ਵੀ ਕਿਹੜੇ ਡਿਸਟ੍ਰਿਕਟ ਦੇ ਵਿੱਚ ਆ ਲੁਧਿਆਣੇ ਦੇ ਵਿੱਚ ਹੀ ਆ ਠੀਕ ਹੈ ਜੀ ਸੋ ਲੁਧਿਆਣੇ ਨੂੰ ਪੰਜਾਬ ਦਾ ਮਾਂਚੈਸਟਰ ਵੀ ਕਿਹਾ ਜਾਂਦਾ ਹੈ ਤੇ ਜਿਹੜਾ ਸਾਈਕਲ ਬਣਾਉਣ ਦੀਆਂ ਸਭ ਤੋਂ ਵੱਧ ਫੈਕਟਰੀਆਂ ਤੇ ਵੱਡੀਆਂ ਫੈਕਟਰੀਆਂ ਉਹ ਵੀ ਲੁਧਿਆਣੇ ਵਿੱਚ ਹੀ ਨੇ ਠੀਕ ਹੈ ਜੀ ਨੈਕਸਟ ਹਾਂਜੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਜੀਟੀ ਰੋਡ ਅੰਮ੍ਰਿਤਸਰ ਆ ਜਿਹੜੀ ਇਹ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਨੋਟ ਕਰੋ ਕਿ ਜਿਹੜਾ ਇਹ ਰੋਡ ਸੀਗਾ ਇਹ ਸ਼ੇਰ ਸ਼ਾਹ ਸੂਰੀ ਇਹਦਾ ਪੁਰਾਣਾ ਨਾਮ ਸੀਗਾ ਸੋ ਸ਼ੇਰ ਸ਼ਾਹ ਸੂਰੀ ਨੇ ਇਹ ਰੋਡ ਸੀਗਾ ਜਿਹੜਾ ਇਹ ਬਣਵਾਇਆ ਸੀਗਾ ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਸੋ ਖੂਨ ਨੂੰ ਸ਼ੁੱਧ ਕੌਣ ਕਰਦਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਲਿਵਰ ਨੰਬਰ 2 ਦਿਲ ਨੰਬਰ 3 ਗੁਰਦੇ ਜਾਂ ਨੰਬਰ 4 ਇਹ ਸਾਰੇ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ 3 ਜਿਹੜਾ ਖੂਨ ਨੂੰ ਸ਼ੁੱਧ ਕਰਦੇ ਆ ਇਹ ਗੁਰਦੇ ਖੂਨ ਨੂੰ ਸ਼ੁੱਧ ਕਰਦੇ ਆ ਨੈਕਸਟ ਆਪਾਂ ਦੇਖ ਲੈਨੇ ਆ ਕੁਐਸਚਨ ਨੰਬਰ 2 ਹਾਂਜੀ ਖੂਨ ਦੇ ਦਬਾਅ ਨੂੰ ਕਿਹੜੀ ਗ੍ਰੰਥੀ ਕੰਟਰੋਲ ਕਰਦੀ ਹੈ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਮੈਕਰੋ ਨੰਬਰ 2 ਐਡਰੇਨਲ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਖੂਨ ਦੇ ਦਬਾਅ ਨੂੰ ਕੰਟਰੋਲ ਕਰਨ ਵਾਲੀ ਗ੍ਰੰਥੀ ਆ ਜਿਹੜੀ ਉਹ ਹੋਵੇਗੀ ਤਾਂ ਸਹੀ ਜਵਾਬ ਤੁਹਾਡਾ ਹੋਵੇਗਾ ਆਪਸ਼ਨ ਨੰਬਰ 2 ਐਡਰੇਨਲ ਆ ਜਿਹੜੀ ਇਹ ਖੂਨ ਦੇ ਦਬਾਅ ਨੂੰ ਕੰਟਰੋਲ ਕਰਨ ਵਾਲੀ ਗ੍ਰੰਥੀ ਆ ਨੈਕਸਟ 3 ਨੰਬਰ ਕੁਐਸਚਨ ਆ ਜੀ ਮਨੁੱਖ ਦੀ ਲਾਰ ਵਿੱਚ ਕਿਹੜਾ ਐਸਿਡ ਹੁੰਦਾ ਹੈ ਤਾਂ অপਸ਼ਨ ਆ ਤੁਹਾਡੇ ਕੋਲੇ 1 ਨੰਬਰ ਆ ਮਰਕਰੀ ਨੰਬਰ 2 ਕਿੰਗਸਟਨ ਨੰਬਰ 3 அமினੋ ਐਸਿਡ ਜਾਂ ਨੰਬਰ 4 ਟਾਇਲਨ ਸੋ ਜਦੋਂ ਜਿਹੜੀ ਮਨੁੱਖ ਦੀ ਲਾਰ ਹੁੰਦੀ ਆ ਤਾਂ ਇਹਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਐਸਿਡ ਪਾਇਆ ਜਾਂਦਾ ਵਾ ਤਾਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੈਗਾ ਜੀ অপਸ਼ਨ ਨੰਬਰ 4 ਟਾਇਲਨ ਨਾਂ ਦਾ ਜਿਹੜਾ ਐਸਿਡ ਹੁੰਦਾ ਵਾ ਉਹ ਮਨੁੱਖ ਦੀ ਲਾਰ ਦੇ ਵਿੱਚ ਪਾਇਆ ਜਾਂਦਾ ਹੈ ਨੈਕਸਟ ਹਾਂਜੀ ਕੁਐਸਚਨ ਨੰਬਰ 4 ਸਰੀਰ ਦੀ ਸਭ ਤੋਂ ਵੱਡੀ ਕੋਸ਼ਿਕਾ ਕਿਹੜੀ ਹੁੰਦੀ ਹੈ অপਸ਼ਨ ਆ ਤੁਹਾਡੇ ਕੋਲੇ ਨੰਬਰ 1 ਚਮੜੀ ਨੰਬਰ 2 ਨਰਵ ਸੈੱਲ ਨੰਬਰ 3 ਫੀਮਰ ਜਾਂ ਨੰਬਰ 4 ਸਟੈਟਸ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਊਗਾ ਕਿ ਸਰੀਰ ਦੀ ਸਭ ਤੋਂ ਵੱਡੀ ਕੋਸ਼ਿਕਾ ਜਿਹੜੀ ਹੁੰਦੀ ਆ ਉਹ ਹੁੰਦੇ ਆ ਜੀ ਨਰਵ ਸੈੱਲ ਸੋ অপਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ ਆਪਾਂ ਵਧਦੇ ਆਂ ਕੁਐਸਚਨ ਨੰਬਰ ਪੰਜ ਦੇ ਵੱਲ ਹਾਂਜੀ ਖੂਨ ਦੇ ਲਾਲ ਰੰਗ ਦਾ ਕੀ ਕਾਰਨ ਹੁੰਦਾ ਹੈ ਤਾਂ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਹੀਮੋਗਲੋਬਿਨ ਨੰਬਰ 2 ਆਕਸੀਜਨ ਨੰਬਰ 3 ਹਾਈਡਰੋਜਨ ਜਾਂ ਨੰਬਰ 4 ਖਣਿਜ ਸੋ ਖੂਨ ਦਾ ਜਿਹੜਾ ਲਾਲ ਰੰਗ ਹੁੰਦਾ ਇਹਨਾਂ ਦੇ ਵਿੱਚੋਂ ਕਿਹਦੇ ਕਰਕੇ ਹੁੰਦਾ ਵਾ ਤਾਂ ਤੁਹਾਡਾ ਸਹੀ ਜਵਾਬ ਆ ਜਿਹੜਾ ਉਹ ਹੋਵੇਗਾ ਤੁਹਾਡਾ ਆਪਸ਼ਨ ਨੰਬਰ ਫਸਟ ਹੀਮੋਗਲੋਬਿਨ ਦੇ ਕਰਕੇ ਜਿਹੜਾ ਖੂਨ ਦਾ ਕਲਰ ਹੁੰਦਾ ਵਾ ਇਹ ਰੈੱਡ ਹੁੰਦਾ ਹੈ ਨੈਕਸਟ ਹਾਂਜੀ 6 ਨੰਬਰ ਕੁਐਸਚਨ ਕਿਹੜੀ ਗ੍ਰੰਥੀ ਨੂੰ ਸੁਪਰ ਮਾਸਟਰ ਗ੍ਰੰਥੀ ਕਿਹਾ ਜਾਂਦਾ ਹੈ ਆਪਸ਼ਨ ਨੇ ਤੁਹਾਡੇ ਕੋ ਏ ਹਾਈਪੋਥੈਲਮਸ ਗ੍ਰੰਥੀ ਪੀ ਪਿਊਟੈਟਰੀ ਗ੍ਰੰਥੀ ਸੀ ਦੋਵੇਂ ਜਾਂ ਡੀ ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜੀ ਗ੍ਰੰਥੀ ਨੂੰ ਸੁਪਰ ਮਾਸਟਰ ਗ੍ਰੰਥੀ ਕਿਹਾ ਜਾਂਦਾ ਤਾਂ ਤੁਹਾਡਾ ਸਹੀ ਜਵਾਬ ਹੈਗਾ ਵਾ ਆਪਸ਼ਨ ਨੰਬਰ ਇੱਕ ਯਾਨੀ ਕਿ ਏ ਆਪਸ਼ਨ ਹਾਈਪੋਥੈਲਮਸ ਗ੍ਰੰਥੀ ਆ ਜਿਹੜੀ ਇਸ ਨੂੰ ਸੁਪਰ ਮਾਸਟਰ ਗ੍ਰੰਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਪੁਆਇੰਟ ਨੂੰ ਤੁਸੀਂ ਨੋਟ ਕਰਨਾ ਹੋਵੇਗਾ ਨੈਕਸਟ ਹਾਂਜੀ 7 ਨੰਬਰ ਕੁਐਸਚਨ ਹੈ ਮਨੁੱਖ ਦੀ ਵੱਡੀ ਅੰਤੜੀ ਦੀ ਲੰਬਾਈ ਕਿੰਨੀ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਕੋਲ ਆ ਏ 0.5 ਮੀਟਰ ਬੀ 1.5 ਮੀਟਰ ਸੀ 2.0 ਮੀਟਰ ਸੋ ਡੀ 4.5 ਮੀਟਰ 4 ਤੋਂ 5 ਮੀਟਰ ਸੋ ਜਿਹੜੀ ਮਨੁੱਖ ਦੀ ਵੱਡੀ ਆਂਤ ਹੁੰਦੀ ਆ ਵੱਡੀ ਅੰਤੜੀ ਹੁੰਦੀ ਆ ਇਸ ਦੀ ਲੰਬਾਈ ਕਿੰਨੀ ਹੁੰਦੀ ਆ ਜੀ ਆਪਸ਼ਨ ਨੰਬਰ ਬੀ ਤੁਹਾਡਾ ਸਹੀ ਜਵਾਬ ਹੋਊਗਾ 1 ਤੋਂ ਲੈ ਕੇ 5 ਮੀਟਰ ਤੱਕ ਇਸ ਦੀ ਲੰਬਾਈ ਹੋ ਸਕਦੀ ਆ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ ਜਿਹੜੀ ਮਨੁੱਖ ਦੀ ਵੱਡੀ ਆਂਤੜੀ ਹੁੰਦੀ ਆ ਇਹਦੀ ਲੰਬਾਈ 1 ਤੋਂ 5 ਮੀਟਰ ਹੁੰਦੀ ਆ ਤੇ ਜਿਹੜੀ ਮਨੁੱਖ ਦੀ ਛੋਟੀ ਆਂਤੜੀ ਹੁੰਦੀ ਆ ਉਹਦੀ ਲੰਬਾਈ 6 ਤੋਂ 7 ਮੀਟਰ ਹੁੰਦੀ ਆ ਮਤਲਬ ਵੀ ਜਿਹੜੀ ਛੋਟੀ ਆ ਉਹਦੀ ਲੰਬਾਈ ਜ਼ਿਆਦਾ ਹੁੰਦੀ ਆ ਤੇ ਵੱਡੀ ਦੀ ਘੱਟ ਹੁੰਦੀ ਆ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹ ਪੁਆਇੰਟ ਨੂੰ ਧਿਆਨ ਨਾਲ ਨੋਟ ਕਰ ਲਿਓ ਠੀਕ ਹੈ ਹਾਂਜੀ 8 ਨੰਬਰ ਕੁਐਸਚਨ ਆ ਮਨੁੱਖ ਦੇ ਕਿਹੜੇ ਅੰਗ ਦੀ ਠੀਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਆਪਸ਼ਨਾਂ ਤੁਹਾਡੇ ਕੋਲੇ A ਦਿਲ B ਦਿਮਾਗ C ਗੁਰਦੇ ਜਾਂ D লিভার সো ਇਹਨਾਂ ਦੇ ਵਿੱਚੋਂ ਜਿਹੜਾ ਅੰਗ ਆ ਜੀ ਦੀ ਸੰਭਾਵਨਾ ਘੱਟ ਹੁੰਦੀ ਆ ਠੀਕ ਹੋਣ ਦੀ ਉਹ ਹੋਵੇਗਾ ਜੀ ਦਿਮਾਗ ਸੋ ਦਿਮਾਗ ਦੇ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਆ ਜਦੋਂ ਕੋਈ ਦਿਮਾਗ ਦੇ ਵਿੱਚ ਜ਼ਬਰਦਸਤ ਇੰਜਰੀ ਹੋ ਜਾਵੇ ਨੈਕਸਟ ਕੁਐਸਚਨ ਨੰਬਰ 9 ਮਨੁੱਖ ਦੀ ਖੋਪੜੀ ਵਿੱਚ ਹੱਡੀਆਂ ਹੁੰਦੀਆਂ ਹਨ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਖੋਪੜੀ ਦੇ ਵਿੱਚ ਏ ਆਪਸ਼ਨ so, 22 ਬੀ 15 ਸੀ 8 ਜਾਂ ਡੀ 14 ਸੋ ਮਨੁੱਖ ਦੀ ਜਿਹੜੀ ਆਪਣੀ ਖੋਪੜੀ ਆ ਇਹਦੇ ਵਿੱਚ ਹੱਡੀਆਂ ਦੀ ਗਿਣਤੀ ਕਿੰਨੀਆਂ ਆ ਤਾਂ ਸਹੀ ਜਵਾਬ ਤੁਹਾਡਾ ਹੋਵੇਗਾ ਆਪਸ਼ਨ ਏ 22 ਹੱਡੀਆਂ ਹੁੰਦੀਆਂ ਹਨ ਨੈਕਸਟ ਹਾਂਜੀ ਕੰਨਾਂ ਦਾ ਸੁਣਨ ਤੋਂ ਇਲਾਵਾ ਹੋਰ ਕਿਹੜਾ ਮੁੱਖ ਕੰਮ ਹੁੰਦਾ ਹੈ ਏ ਸਰੀਰ ਨੂੰ ਕੰਟਰੋਲ ਕਰਨਾ ਬੀ ਸਮਾਗ ਨੂੰ ਕੰਟਰੋਲ ਕਰਨਾ ਸੀ ਸਰੀਰ ਦਾ ਸੰਤੁਲਨ ਬਣਾਈ ਰੱਖਣਾ ਡੀ ਉਪਰੋਕਤ ਸਾਰੇ ਸੋ ਕੰਨ ਇੱਕ ਤਾਂ ਸੁਣਨ ਦਾ ਕੰਮ ਕਰਦੇ ਆ ਇਸ ਤੋਂ ਇਲਾਵਾ ਉਹਨਾਂ ਦਾ ਕੀ ਕੰਮ ਹੁੰਦਾ ਤਾਂ ਸਹੀ ਜਵਾਬ ਤੁਹਾਡਾ ਹੋ ਜਾਊਗਾ ਜੀ অপਸ਼ਨ ਨੰਬਰ ਸੀ ਸਰੀਰ ਦਾ ਸੰਤੁਲਨ ਬਣਾਉਣ ਦੇ ਵਿੱਚ ਜਿਹੜੇ ਕੰਨ ਨੇ ਇਹ ਮਦਦ ਕਰਦੇ ਹਨ ਸੋ ਸੀ অপਸ਼ਨ ਤੁਹਾਡਾ ਸਹੀ ਆਨਸਰ ਹੋਵੇਗਾ ਹਾਂਜੀ ਕੁਐਸਚਨ ਨੰਬਰ 11 ਮਨੁੱਖ ਦੀ ਸਭ ਤੋਂ ਛੋਟੀ ਅੰਤੜੀ ਦੀ ਲੰਬਾਈ ਕਿੰਨੀ ਹੁੰਦੀ ਹੈ ਸੋ ਮੈਂ ਹੁਣੇ-ਹੁਣੇ ਪਿਛਲੇ ਕੁਐਸਚਨ ਦੇ ਵਿੱਚ ਗੱਲ ਕਰਕੇ ਹਟਿਆ ਆਪਸ਼ਨ ਤੁਹਾਡੇ ਕੋਲ ਆ 0 ਤੋਂ 5 ਮੀਟਰ ਆਪਸ਼ਨ 2 7 ਮੀਟਰ ਆਪਸ਼ਨ 3 1 ਤੋਂ 3 ਮੀਟਰ ਜਾਂ ਆਪਸ਼ਨ 4 0.2 ਮੀਟਰ ਸੋ ਇੱਥੇ ਆਪਸ਼ਨ ਦੇ ਵਿੱਚ 7 ਮੀਟਰ ਆ ਇਸ ਕਰਕੇ ਆਪਸ਼ਨ ਨੰਬਰ 2 ਆਪਣਾ ਜਿਹੜਾ ਹੋਊਗਾ ਇਹ ਸਹੀ ਜਵਾਬ ਹੋਊਗਾ ਜੇ 6 ਤੋਂ 7 ਮੀਟਰ ਹੁੰਦਾ ਉਹ ਵੀ ਸਹੀ ਹੋਣਾ ਸੀ ਜੇ 6 ਮੀਟਰ ਹੁੰਦਾ 7 ਦੀ ਥਾਂ ਤੇ ਉਹ ਵੀ ਸਹੀ ਹੋਣਾ ਸੀ ਮਤਲਬ 6 ਤੋਂ 7 ਮੀਟਰ ਮਨੁੱਖ ਦੀ ਛੋਟੀ ਆਂਤ ਦੀ ਲੰਬਾਈ ਹੁੰਦੀ ਹੈ। ਨੈਕਸਟ ਕੁਐਸਚਨ ਨੰਬਰ 12 ਖੂਨ ਦੇ ਕਿੰਨੇ ਹਿੱਸੇ ਵਿੱਚ ਪਲਾਜ਼ਮਾ ਹੁੰਦਾ ਹੈ? ਆਪਸ਼ਨ ਆ ਤੁਹਾਡੇ ਕੋਲ ਫਸਟ 40 ਤੋਂ 45% ਸੈਕੰਡ 55 ਤੋਂ 60% ਥਰਡ B ਤੋਂ 25% 4 70 ਤੋਂ 80% ਸੋ ਮਨੁੱਖ ਦੇ ਕਿੰਨੇ ਹਿੱਸੇ ਵਿੱਚ ਪਲਾਜ਼ਮਾ ਹੁੰਦਾ ਹੈ ਤਾਂ ਤੁਹਾਡਾ ਜਿਹੜਾ ਸਹੀ ਆਨਸਰ ਆ ਸਹੀ ਜਵਾਬ ਆ ਉਹ ਹੋਵੇਗਾ অপਸ਼ਨ ਨੰਬਰ 2 55 ਤੋਂ 60% ਆ ਜਿਹੜਾ ਹਿੱਸਾ ਉਹਦੇ ਵਿੱਚ ਪਲਾਜ਼ਮਾ ਹੁੰਦਾ ਹੈ ਨੈਕਸਟ ਹਾਂਜੀ 13 ਨੰਬਰ ਕੁਐਸਚਨ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਜੋੜ ਨੂੰ ਕੀ ਕਹਿੰਦੇ ਹਨ অপਸ਼ਨ ਆ ਤੁਹਾਡੇ ਕੋਲ ਨੰਬਰ 1 ਲਿਗਾਮੈਂਟਸ ਨੰਬਰ 2 ਟੰਡਨ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਮਾਸਪੇਸ਼ੀਆਂ ਤੇ ਹੱਡੀਆਂ ਦੇ ਜੋੜਾ ਨੂੰ ਕੀ ਕਿਹਾ ਜਾਂਦਾ ਤਾਂ ਸਹੀ ਜਵਾਬ ਆ ਜਿਹੜਾ ਉਹ ਤੁਹਾਡਾ ਕਿਹੜਾ ਹੋ ਜੂਗਾ ਉਹ ਹੋਵੇਗਾ ਜੀ অপਸ਼ਨ ਨੰਬਰ 2nd ਟੰਡਨ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਨੰਬਰ 14 ਹੱਡੀ ਅਤੇ ਹੱਡੀਆਂ ਦੇ ਜੋੜ ਨੂੰ ਕੀ ਕਹਿੰਦੇ ਹਨ অপਸ਼ਨ ਤੁਹਾਡੇ ਕੋਲ ਆ ਨੰਬਰ 1 ਲਿਗਾਮੈਂਟਸ ਨੰਬਰ 2 ਕੋਣੀ ਮੋੜ ਨੰਬਰ 3 ਸੈਕੂਲਰ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੈਗਾ ਵਾਜੀ ਹੱਡੀ ਅਤੇ ਹੱਡੀਆਂ ਦੇ ਜੋੜ ਨੂੰ ਲਿਗਾਮੈਂਟਸ ਕਿਹਾ ਜਾਂਦਾ ਹੈ ਆਪਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ ਹਾਂਜੀ 15 ਨੰਬਰ ਕੁਐਸਚਨ ਹੈ मोस्ट ਇੰਪੋਰਟੈਂਟ ਕੁਐਸਚਨ ਹੈ ਇਹ ਬਲੱਡ ਸੈੱਲਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਆਪਸ਼ਨ ਆ ਤੁਹਾਡੇ ਕੋਲੇ 3 4 5 7 ਸੋ ਸਹੀ ਜਵਾਬ ਆਪਾਂ ਆਲਰੇਡੀ ਲਿਖਿਆ ਹੀ ਹੋਇਆ ਵਾ ਤਿੰਨ ਭਾਗਾ ਦੇ ਵਿੱਚ ਵੰਡਿਆ ਜਾਂਦਾ ਵਾ ਬਲੱਡ ਸੈੱਲਾਂ ਨੂੰ ਕਿਹੜੇ ਕਿਹੜੇ ਨੇ ਆਰਬੀਸੀ ਡਬਲਯੂਬੀਸੀ ਤੇ ਪਲੇਟलेट्स ਆਰਬੀਸੀ ਯਾਨੀ ਕਿ ਰੈੱਡ ਬਲੱਡ ਸੈੱਲ ਡਬਲਯੂਬੀਸੀ ਵਾਈਟ ਬਲੱਡ ਸੈੱਲ ਤੇ ਪਲੇਟਲੈਟਸ ਦੇ ਘਟਣ ਕਰਕੇ ਡੇਂਗੂ ਵਰਗੇ ਬੁਖਾਰ ਚੜ ਜਾਂਦੇ ਆ ਠੀਕ ਹੈ ਜੀ ਸੋ ਇਹ ਤਿੰਨ ਤਰ੍ਹਾਂ ਦੇ ਸੈੱਲਾਂ ਦੇ ਵਿੱਚ ਵੰਡਿਆ ਜਾਂਦਾ ਵਾ ਬਲੱਡ ਸੈੱਲਾਂ ਨੂੰ ਸੋ ਸੋ 16 ਨੰਬਰ ਕੁਐਸਚਨ ਇਹ ਆ ਜੀ ਸਰੀਰ ਤੋਂ ਦਿਲ ਵੱਲ ਖੂਨ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਸ਼ੀਰਾਵਾਂ ਵੇਨਸ ਨੰਬਰ 2 ਤਾਂ ਮੰਨੀਆ ਨੰਬਰ 3 ਦੋਵੇਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਹੋਵੇਗਾ ਉਹ ਹੈਗਾ ਜੀ ਆਪਸ਼ਨ ਨੰਬਰ 1 ਸਰੀਰ ਤੋਂ ਦਿਲ ਵੱਲ ਖੂਨ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਸ਼ਿਰਾਵਾਂ ਯਾਨੀ ਕਿ ਵੇਨਜ਼ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਆਕਸੀਜਨ ਕਿਵੇਂ ਪਹੁੰਚਦੀ ਹੈ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 ਖੂਨ ਦੁਆਰਾ ਨੰਬਰ 2 ਬਲੱਡ ਰਾਹੀਂ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਇਹ ਮੈਂ ਦੋ ਆਪਸ਼ਨ ਇਸ ਕਰਕੇ ਐਡ ਕੀਤੀ ਹੈ ਕਿਉਂਕਿ ਕੋਈ ਵੀ ਪੇਪਰ ਦੇ ਵਿੱਚ ਆ ਸਕਦਾ ਹੁੰਦਾ ਹੈ ਇਸ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ 3 ਦੋਵੇਂ ਕਿਉਂਕਿ ਖੂਨ ਦੁਆਰਾ ਤੇ ਬਲੱਡ ਰਾਹੀਂ ਇਹ ਦੋਨਾਂ ਦਾ ਮੀਨਿੰਗ ਇੱਕੇ ਹੀ ਆ ਠੀਕ ਹੈ ਜੀ ਬਲੱਡ ਤੇ ਖੂਨ ਖੂਨ ਪੰਜਾਬੀ ਦੇ ਵਿੱਚ ਤੇ ਬਲੱਡ ਇੰਗਲਿਸ਼ ਦੇ ਵਿੱਚ ਸੋ ਕੁਝ ਵੀ ਲਿਖਿਆ ਆ ਸਕਦਾ ਹੁੰਦਾ ਪੇਪਰ ਦੇ ਵਿੱਚ ਸੋ ਇਹ ਇਹਨਾਂ ਦੇ ਵਿੱਚੋਂ ਜੋ ਵੀ ਆਪਸ਼ਨ ਆਊਗਾ ਤੁਹਾਡਾ ਸਹੀ ਆਨਸਰ ਹੋਵੇਗਾ 18 ਨੰਬਰ ਕੁਐਸਚਨ ਦਿਲ ਤੋਂ ਸਰੀਰ ਵੱਲ ਖੂਨ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਕੀ ਕਿਹਾ ਜਾਂਦਾ ਹੈ ਜਿਹੜੀਆਂ ਨਾੜੀਆਂ ਦਿਲ ਤੋਂ ਸਰੀਰ ਵੱਲ ਖੂਨ ਲੈ ਕੇ ਜਾਂਦੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਆਪਸ਼ਨ ਆ ਤੁਹਾਡੇ ਕੋਲ ਨੰਬਰ 1 ਤਮਣੀਆਂ ਨੰਬਰ 2 ਬਾਰੀਕੀਆਂ ਨੰਬਰ 3 ਨਾੜੀਆਂ ਨੰਬਰ 4 ਉਪਰੋਕਤ ਸਾਰੇ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ 1 ਜਿਹੜੀਆਂ ਨਾੜੀਆਂ ਸਰੀਰ ਵਲ ਖੂਨ ਲੈ ਕੇ ਜਾਂਦੀਆਂ ਨੇ ਦਿਲ ਤੋਂ ਉਹਨਾਂ ਨੂੰ ਤਮਣੀਆਂ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਕਿ ਦਿਲ ਦੇ ਕੰਮ ਦਾ ਪਤਾ ਲਗਾਉਣ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਵਾ ਕਿਸ ਦੀ ਮਦਦ ਦੇ ਨਾਲ ਇਹ ਪਤਾ ਲਗਾਇਆ ਜਾਂਦਾ ਕਿ ਦਿਲ ਪ੍ਰੋਪਰ ਤਰੀਕੇ ਨਾਲ ਸਹੀ ਤਰੀਕੇ ਨਾਲ ਕੰਮ ਕਰਦਾ ਤਾਂ ਆਪਸ਼ਨਾਂ ਤੁਹਾਡੇ ਕੋਲ ਈਈਜੀ ਨੰਬਰ 2 ਈਸੀਜੀ ਨੰਬਰ 3 ਈਐਫਜੀ ਨੰਬਰ 4 ਨਨ ਸੋ ਸਾਰੇ ਮੈਡੀਕਲ ਵਾਲੇ ਬੱਚਿਆਂ ਨੂੰ ਮੈਡੀਕਲ ਫੀਲਡ ਨਾਲ ਰਿਲੇਟਡ ਜਿਹੜੇ ਬੱਚੇ ਆ ਉਹਨਾਂ ਨੂੰ ਇਹਦਾ ਆਨਸਰ ਪਤਾ ਲੱਗ ਹੀ ਗਿਆ ਹੋਵੇਗਾ অপਸ਼ਨ ਨੰਬਰ 2 ECG ਉਦੋਂ ਕੀਤੀ ਜਾਂਦੀ ਹੈ ਜਦੋਂ ਦਿਲ ਦੇ ਹਾਰਟ ਦੇ ਕੰਮ ਦਾ ਪਤਾ ਲਵਾਉਣਾ ਹੋਵੇ ਨੈਕਸਟ ਕੁਐਸਚਨ ਹਾਂਜੀ ਸਾਹ ਪ੍ਰਣਾਲੀ ਦਾ ਮੁੱਖ ਅੰਗ ਕਿਹੜਾ ਹੈ অপਸ਼ਨ ਆ ਤੁਹਾਡੇ ਕੋ ਨੰਬਰ 1 ਗੁਰਦੇ ਨੰਬਰ 2 ਲੀਵਰ ਨੰਬਰ 3 ਫੇਫੜੇ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਉਹ ਮੋਸਟ ਇੰਪੋਰਟੈਂਟ ਅੰਗ ਕਿਹੜਾ ਵਾ ਜਿਹੜਾ ਸਾਹ ਪ੍ਰਣਾਲੀ ਜਿਹਦੇ ਤੇ ਨਿਰਭਰ ਕਰਦੀ ਆ ਤਾਂ ਉਹ ਹੈਗਾ ਵਾ ਜੀ ਹੈਗੇ ਨੇ অপਸ਼ਨ ਨੰਬਰ 3 ਫੇਫੜੇ ਠੀਕ ਹੈ ਇਹ ਵੀ ਇੰਪੋਰਟੈਂਟ ਕੁਐਸਚਨ ਸੀ ਕੁਐਸਚਨ ਨੰਬਰ 21 ਹਾਂਜੀ ਮਨੁੱਖ ਦੇ ਸਰੀਰ ਵਿੱਚ ਕਿਹੜਾ ਹਿੱਸਾ ਸੰਤੁਲਨ ਬਣਾਉਣ ਵਿੱਚ ਮਦਦ ਕਰਦਾ ਹੈ ਤਾਂ অপਸ਼ਨ ਆ ਤੁਹਾਡੇ ਕੋਲ ਨੰਬਰ 1 ਸੈਰੇਬਲਮ ਨੰਬਰ 2 ਦਿਮਾਗ ਨੰਬਰ 3 ਟਾਈਨਮ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਹਿੱਸਾ ਮਨੁੱਖ ਦਾ ਬੈਲੈਂਸ ਸੰਤੁਲਨ ਬਣਾਉਣ ਦੇ ਵਿੱਚ ਮਦਦ ਕਰਦਾ ਤਾਂ ਉਹ ਹੈਗਾ ਵਾ ਆਪਸ਼ਨ ਨੰਬਰ 1 ਸੇਰੇ ਬਲਮ ਨੈਕਸਟ ਆਪਾਂ ਵਧਦੇ ਹਾਂ ਕੁਐਸਚਨ ਨੰਬਰ 22 ਵੱਲ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਕਿਹੜੇ ਮੰਤਰੀ ਕੋਲ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਵਿਜੇਂਦਰ ਸਿੰਘਲਾ ਨੰਬਰ 2 ਚੇਤਨ ਸਿੰਘ ਨੰਬਰ 3 ਭਗਵੰਤ ਮਾਨ ਜਾਂ ਨੰਬਰ 4 ਬਲਵੀਰ ਸਿੰਘ ਸੋ ਜਿਹੜਾ ਹੈਲਥ ਮਨਿਸਟਰ ਹੈ ਇਸ ਟਾਈਮ ਪੰਜਾਬ ਦਾ ਉਹ ਕੌਣ ਨੇ ਸੋ ਸਹੀ ਜਵਾਬ ਤੁਹਾਡਾ ਹੋ ਜੂਗਾ ਜੀ ਇਹਨਾਂ ਦੇ ਵਿੱਚੋਂ ਆਪਸ਼ਨ ਨੰਬਰ 4 ਬਲਵੀਰ ਸਿੰਘ ਕੋਲ ਆ ਠੀਕ ਹੈ ਜੀ ਹੈਲਥ ਐਂਡ ਫੈਮਿਲੀ ਵੈਲਫੇਅਰ ਸੋ ਇਹਨਾਂ ਦੇ ਮਨਿਸਟਰ ਆ ਜਿਹੜੇ ਉਹ ਬਲਵੀਰ ਸਿੰਘ ਨੇ ਕੁਝ ਕੁ ਟਾਈਮ ਲਈ ਇਹ ਜਿਹੜਾ ਡਿਪਾਰਟਮੈਂਟ ਹੈ ਚੇਤਨ ਸਿੰਘ ਤੇ ਭਗਵੰਤ ਮਾਨ ਹੋਰਾਂ ਕੋਲ ਵੀ ਰਿਹਾ ਸੀ ਅ ਠੀਕ ਹੈ ਪਿੱਛੇ ਜੇ ਸੋ ਹੁਣ ਬਲਬੀਰ ਸਿੰਘ ਕੋਲ ਆ ਠੀਕ ਹੈ ਇਹ ਤੁਹਾਡਾ ਸਹੀ ਜਵਾਬ ਹੋਊਗਾ ਆਪਸ਼ਨ ਨੰਬਰ 4 ਹਾਂਜੀ ਕੁਐਸਚਨ ਨੰਬਰ 23 ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੀ ਵਿਧਾਨ ਸਭਾ ਦਾ ਲੀਡਰ ਕੌਣ ਹੈ ਸੋ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਭਗਵੰਤ ਮਾਨ ਨੰਬਰ 2 ਸੁਖਵੀਰ ਸਿੰਘ ਬਾਦਲ ਨੰਬਰ 3 ਅਨਮੋਲ ਗਗਨ ਮਾਨ ਨੰਬਰ 4 ਮੀਤ ਹੈ ਸੋ ਜਿਹੜੀ ਵਿਧਾਨ ਸਭਾ ਹੁੰਦੀ ਆ ਇਹਦਾ ਲੀਡਰ ਉਹੀ ਹੁੰਦਾ ਵਾ ਜਿਹੜਾ ਮੁੱਖ ਮੰਤਰੀ ਹੁੰਦਾ ਵਾ ਠੀਕ ਹੈ ਜੀ ਸਪੀਕਰ ਅਲੈਦਾ ਹੁੰਦਾ ਵਾ ਗਵਰਨਰ ਅਲੈਦਾ ਹੁੰਦਾ ਵਾ ਪਰ ਵਿਧਾਨ ਸਭਾ ਦਾ ਲੀਡਰ ਤਾਂ ਮੁੱਖ ਮੰਤਰੀ ਹੀ ਆ ਪਗਵੰਤ ਮਾਨ ਆ ਠੀਕ ਹੈ ਜੀ ਸੋ অপਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਇਹ ਵੀ ਪੰਜਾਬ ਦਾ ਸਿੱਖਿਆ ਮੰਤਰੀ ਕੌਣ ਹੈ ਦਾ অপਸ਼ਨ ਆ ਤੁਹਾਡੇ ਕੋਲੇ ਗੁਰਮੀਤ ਸਿੰਘ ਮੀਥੇਅਰ ਨੰਬਰ 2 ਫੌਜਾ ਸਿੰਘ ਨੰਬਰ 3 ਹਰਜੋਤ ਸਿੰਘ ਬੈਂਸ ਜਾਂ ਨੰਬਰ 4 ਕੋਈ ਨਹੀਂ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਆ ਉਹ ਹੈਗਾ ਜੀ অপਸ਼ਨ ਨੰਬਰ 3 ਹਰਜੋਤ ਸਿੰਘ ਜਿਹੜਾ ਰੀਸੈਂਟ ਪੰਜਾਬ ਦਾ ਸਿੱਖਿਆ ਮੰਤਰੀ ਆ ਉਹ ਹਰਜੋਤ ਸਿੰਘ ਬੈਂਸ ਆ ਠੀਕ ਹੈ ਪਹਿਲਾਂ ਥੋੜਾ ਜਿਹਾ ਚਿਰਲੀ ਇਹ ਡਿਪਾਰਟਮੈਂਟ ਆ ਜਿਹੜਾ ਮੀਥੇਅਰ ਹੋਰਾਂ ਨੂੰ ਵੀ ਦਿੱਤਾ ਗਿਆ ਸੀ ਪਰ ਹੁਣ ਫਿਲਹਾਲ ਇਹ ਹੈ ਡਿਪਾਰਟਮੈਂਟ ਆ ਜਿਹੜਾ ਹਰਜੋਤ ਸਿੰਘ ਬੈਂਸ ਹੋਰਾ ਕੋਲ ਹੈ ਸੋ ਇਸ ਪੁਆਇੰਟ ਨੂੰ ਵੀ ਤੁਸੀਂ ਨੋਟ ਕਰਨਾ ਹੋਵੇਗਾ ਹਾਂਜੀ ਕੁਐਸਚਨ ਨੰਬਰ 25 ਦੰਦਾਂ ਦਾ ਫਾਰਮੂਲਾ ਕੀ ਹੈ অপਸ਼ਨ ਨੇ ਤੁਹਾਡੇ ਕੋਲ ਨੰਬਰ 1 22/22/22 ਨੰਬਰ 2 21 23 21 23 ਨੰਬਰ 3 10 12 11 12 ਨੰਬਰ 4 22 32 22 32 ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਦੰਦਾਂ ਦਾ ਫਾਰਮੂਲਾ অপਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਆ ਠੀਕ ਹੈ ਜੀ 21 23 21 23 ਨੈਕਸਟ ਕੁਐਸਚਨ ਦੇਖਦੇ ਆਪਾਂ ਹਾਂਜੀ ਥਾਇਰੋਇਡ ਗ੍ਰੰਥੀ ਵਿੱਚੋਂ ਨਿਕਲਣ ਵਾਲਾ ਹਾਰਮੋਨ ਕਿਹੜਾ ਹੈ অপਸ਼ਨ ਆ ਨੰਬਰ 1 ਥਾਇਰੋਕਸਿਨ ਨੰਬਰ 2 ਥਾਇਰਡ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਥਾਇਰੋਇਡ ਗ੍ਰੰਥੀ ਵਿੱਚੋਂ ਜਿਹੜਾ ਹਾਰਮੋਨ ਨਿਕਲਦਾ ਵਾ ਉਹ ਕਿਹੜਾ ਵਾ ਉਹ ਹੈਗਾ ਜੀ অপਸ਼ਨ ਨੰਬਰ ਤੁਹਾਡਾ ਸਹੀ ਹੋਊਗਾ ਨੰਬਰ 1 ਥਾਇਰੋਕਸਿਨ ਥਾਇਰੋਕਸਿਨ ਠੀਕ ਹੈ ਨੈਕਸਟ ਆਪਾਂ ਵਧਦੇ ਹਾਂ ਅਗਲੇ ਕੁਐਸਚਨ ਵੱਲ ਹਾਂਜੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਐਲੀਸਾ ਟੈਸਟ ਕਿਸ ਨਾਲ ਸੰਬੰਧਿਤ ਹੈ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਏਡਜ਼ ਨੰਬਰ 2 ਕੈਂਸਰ ਨੰਬਰ 3 ਮਲੇਰੀਆ ਨੰਬਰ 4 ਕਰੋਨਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਐਲੀਸਾ ਟੈਸਟ ਆ ਇਹ ਕਿਸ ਨਾਲ ਸੰਬੰਧਿਤ ਆ ਤਾਂ ਤੁਹਾਡਾ ਸਹੀ ਜਵਾਬ ਹੋ ਜਾਏਗਾ অপਸ਼ਨ ਨੰਬਰ 1 ਇਹ ਏਡਜ਼ ਨਾਲ ਸੰਬੰਧਿਤ ਹੈ ਕਵੈਸਚਨ ਨੰਬਰ 28 ਬਲੱਡ ਕੈਂਸਰ ਹੋਣ ਸਮੇ ਕਿਸ ਦੀ ਸੰਖਿਆ ਵਿੱਚ ਵਾਧਾ ਹੋ ਜਾਂਦਾ ਹੈ ਨੰਬਰ 1 RBC ਨੰਬਰ 2 WBC ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਦੋਂ ਬਲੱਡ ਕੈਂਸਰ ਹੁੰਦਾ ਵਾ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਸੈੱਲ ਨੇ ਜਿਹੜੇ ਉਹ ਜ਼ਿਆਦਾ ਵਧ ਜਾਂਦੇ ਆ ਤਾਂ ਸਹੀ ਜਵਾਬ ਹੋਵੇਗਾ ਆਪਸ਼ਨ ਨੰਬਰ 2 WBC ਦੀ ਗਿਣਤੀ ਆ ਜਿਹੜੀ ਉਹ ਵਧਣ ਲੱਗ ਜਾਂਦੀ ਹੈ ਨੈਕਸਟ ਪੰਜਾਬ ਦੇ ਵਰਤਮਾਨ ਗਵਰਨਰ ਕੌਣ ਹਨ? ਯਾਨੀ ਕਿ ਰਾਜਪਾਲ। ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਹਰਪਾਲ ਸਿੰਘ ਚੀਮਾ, ਨੰਬਰ 2 ਬਨਵਾਰੀ ਲਾਲ ਪ੍ਰੋਹਿਤ, ਨੰਬਰ 3 ਡਾਕਟਰ ਗੋਬਿੰਦ RAMਦੇਵ, ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਆ ਉਹ ਹੋਵੇਗਾ ਜੀ ਆਪਸ਼ਨ ਨੰਬਰ 2nd ਬਨਵਾਰੀ ਲਾਲ ਪ੍ਰੋਹਿਤ ਜਿਹੜੇ ਪੰਜਾਬ ਦੇ ਮੌਜੂਦਾ ਗਵਰਨਰ ਨੇ ਉਹ ਹੈਗੇ ਬਨਵਾਰੀ ਲਾਲ ਪ੍ਰੋਹਿਤ ਤੇ ਕਿੱਥੋਂ ਬਿਲੋਂਗ ਕਰਦੇ ਆ ਤਾਮਿਲਨਾਡੂ ਤੋਂ। हां जी 30 ਨੰਬਰ ਕੁਐਸਚਨ ਹੈ ਵਿਟਾਮਿਨ B12 ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਸ਼ੱਕਰ ਰੋਗ ਨੰਬਰ 2 ਗਿੱਲੜ ਰੋਗ ਨੰਬਰ 3 ਐਨੀਮੀਆ ਜਾਂ ਨੰਬਰ 4 ਰਿਕਟਸ ਸੋ ਇਹਨਾਂ ਦੇ ਵਿੱਚੋਂ ਜਦੋਂ ਵਿਟਾਮਿਨ B12 ਦੀ ਕਮੀ ਹੁੰਦੀ ਆ ਤਾਂ ਇਹਨਾਂ ਵਿੱਚੋਂ ਸਾਨੂੰ ਕਿਹੜਾ ਰੋਗ ਹੁੰਦਾ ਤਾਂ ਸਹੀ ਜਵਾਬ ਆ ਆਪਸ਼ਨ ਨੰਬਰ 3 ਐਨੀਮੀਆ ਨਾਦੀ ਬਿਮਾਰੀ ਆ ਜਿਹੜੀ ਉਹ ਹੋ ਜਾਂਦੀ ਹੈ ਹਾਂਜੀ ਨੈਕਸਟ ਕੁਐਸਚਨ ਬਲੱਡ ਕੈਂਸਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨ ਆ ਤੁਹਾਡੇ ਕੋਲ ਨੰਬਰ 1 ਪਾਇਰੀਆ, ਨੰਬਰ 2 ਲਿਊਕੀਮੀਆ, ਨੰਬਰ 3 ਥਾਰਮਾਸੈਨ, ਨੰਬਰ 4 ਕੋਈ ਨਹੀਂ। ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਹੋਊਗਾ ਵੈਸੇ ਪਤਾ ਹੀ ਹੋਊਗਾ ਮੈਡੀਕਲ ਫੀਲਡ ਵਾਲੇ ਬੱਚਿਆਂ ਨੂੰ ਕਿ ਬਲੱਡ ਕੈਂਸਰ ਨੂੰ ਆਪਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਆ ਲਿਊਕੀਮੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਹਾਂਜੀ 32 ਨੰਬਰ ਕੁਐਸਚਨ ਹੈ ਨਾਰੀਅਲ ਕਿਸ ਦਾ ਸਰੋਤ ਹੈ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਕਾਪਰ ਨੰਬਰ 2 ਆਇਰਨ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜਾ ਨਾਰੀਅਲ ਆ ਨਾਰੀਅਲ ਦੇ ਵਿੱਚ ਕਾਪਰ ਅਤੇ ਆਇਰਨ ਦੋਵੇਂ ਪਾਏ ਜਾਂਦੇ ਆ ਇਸ ਕਰਕੇ অপਸ਼ਨ ਨੰਬਰ 3 ਤੁਹਾਡਾ ਸਹੀ ਜਵਾਬ ਹੋਊਗਾ ਪਰ ਜੇ ਕਿਤੇ ਐਗਜ਼ਾਮ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਇੱਕ অপਸ਼ਨ ਹੋਵੇ ਚਾਹੇ ਕਾਪਰ ਹੋਵੇ ਚਾਹੇ ਆਇਰਨ ਹੋਵੇ ਤਾਂ ਤੁਸੀਂ ਉਹਦੇ ਤੇ ਟਿਕ ਕਰਨਾ ਹੋਵੇਗਾ ਕਿਉਂਕਿ ਉਹ ਤੁਹਾਡਾ ਸਹੀ ਜਵਾਬ ਬਣ ਜਾਊਗਾ ਸੋ ਇਸ ਦੇ ਨਾਲ ਹੀ ਜਿਹੜੀ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਕੀਤੀ ਗਈ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 1970 ਨੰਬਰ 2 1925 ਨੰਬਰ 3 1922 ਨੰਬਰ 4 1920 ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ ਇਸ ਦੀ ਸਥਾਪਨਾ ਕੀਤੀ ਗਈ ਸੀ ਜੀ 1925 ਦੇ ਵਿੱਚ ਸੋ ਆਪਸ਼ਨ ਨੰਬਰ 2 ਆ ਜਿਹੜਾ ਇਹ ਤੁਹਾਡਾ ਸਹੀ ਉੱਤਰ ਹੋ ਜੂਗਾ ਦੇਖਦੇ ਆ ਨੈਕਸਟ ਕੁਐਸਚਨ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਆ ਇਹ ਪੰਜਾਬ ਦੀ ਜੀਕੇ ਦੇ ਬਿਹਾਫ ਤੋਂ ਮਿੰਨੀ 올ਿਮਪਿਕਸ ਕਿੱਥੇ ਕਰਵਾਏ ਜਾਂਦੇ ਹਨ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਮੰਡੀ ਗੋਵਿੰਦਗੜ੍ਹ ਨੰਬਰ 2 ਤੇ ਰੋਪੜ ਨੰਬਰ 3 ਤੇ ਮਾਨਸਾ ਜਾਂ ਨੰਬਰ 4 ਤੇ ਲੁਧਿਆਣਾ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਿਹੜੇ ਮਿਨੀ 올림픽ਸ ਆ ਪੰਜਾਬ ਦੇ ਕਿੱਥੋਂ ਦੀਆਂ ਖੇਡਾਂ ਨੂੰ ਮਿਨੀ 올림픽 ਕਿਹਾ ਜਾਂਦਾ ਵਾ ਇਹਦੇ ਤੇ ਇੱਕ ਲੈਸਨ ਵੀ ਹੁੰਦਾ ਸੀਗਾ ਆਪਾਂ ਨੂੰ ਸਿਲੇਬਸ ਦੇ ਵਿੱਚ ਪਤਾ ਨਹੀਂ 7ਵੀਂ 8ਵੀਂ ਦੇ ਵਿੱਚ ਪਤਾ ਨਹੀਂ 5ਵੀਂ ਦੇ ਵਿੱਚ ਸੋ ਇਸ ਦਾ ਸਹੀ ਜਵਾਬ ਆ ਜਿਹੜਾ ਉਹ ਹੋਊਗਾ ਜੀ ਤੁਹਾਡਾ ਲੁਧਿਆਣਾ ਕਿਲਾ ਰਾਇਪਰ ਕਿਲਾ ਰਾਇਪਰ ਦੀਆਂ ਖੇਡਾਂ ਨੂੰ ਮਿਨੀ 올림픽ਸ ਵਜੋਂ ਵੀ ਜਾਣਿਆ ਜਾਂਦਾ ਹੈ ਨੈਕਸਟ ਦੇਖਦੇ ਆ ਕੁਐਸਚਨ ਨੰਬਰ 18 ਕਿਸ ਸਾਲ ਵਿੱਚ ਪੰਜਾਬੀ ਦੀ ਵਰਤੋਂ ਲਾਜ਼ਮੀ ਕੀਤੀ ਗਈ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 1920 ਨੰਬਰ 2 1991 ਨੰਬਰ 3 1992 ਨੰਬਰ 4 1994 ਸੋ ਇਹਨਾਂ ਦੇ ਵਿੱਚੋਂ ਕਿਹੜੇ ਸਾਲ ਪੰਜਾਬੀ ਲੈਂਗੁਏਜ ਦੀ ਜਿਹੜੀ ਵਰਤੋਂ ਸੀਗੀ ਉਹ ਲਾਜ਼ਮੀ ਕਰ ਦਿੱਤੀ ਗਈ ਸੀਗੀ ਤਾਂ ਸਹੀ ਜਵਾਬ ਆ ਤੁਹਾਡਾ ਆਪਸ਼ਨ ਨੰਬਰ 3 1992 ਦੇ ਵਿੱਚ ਨੈਕਸਟ ਕੁਐਸਚਨ ਸੌਖਾ ਤੇ ਇੰਪੋਰਟੈਂਟ ਕੁਐਸਚਨ ਹੈ ਸਿੱਖ ਵਿਰਾਸਤ ਕੰਪਲੈਕਸ ਕਿੱਥੇ ਬਣਾਇਆ ਗਿਆ ਹੈ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਮਾਨਸਾ ਨੰਬਰ 2 ਰੋਪੜ ਨੰਬਰ 3 ਆਨੰਦਪੁਰ ਸਾਹਿਬ ਨੰਬਰ 4 ਅੰਮ੍ਰਿਤਸਰ ਸੋ ਸਿੱਖ ਵਿਰਾਸਤ ਕੰਪਲੈਕਸ ਕਿੱਥੇ ਬਣਾਇਆ ਗਿਆ ਜੀ ਪਤਾ ਹੀ ਹੋਊਗਾ ਤੁਹਾਨੂੰ ਸਾਰਿਆਂ ਨੂੰ ਸੋ ਇਸ ਦਾ ਸਹੀ ਜਵਾਬ ਆ অপਸ਼ਨ ਨੰਬਰ 3 ਅਨੰਦਪੁਰ ਸਾਹਿਬ ਵਿਖੇ ਨੈਕਸਟ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਛੋਟੇ ਹੁੰਦੇ ਆ ਤੋਂ ਆਪਾਂ ਪੜ੍ਹਦੇ ਆਏ ਆ ਕਿ ਪੰਜਾਬੀ ਨਾਵਲ ਦਾ ਮੋਢੀ ਕੌਣ ਹੈ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਗੁਰਦਿਆਲ ਸਿੰਘ ਨੰਬਰ 2 ਨਾਨਕ ਸਿੰਘ ਨੰਬਰ 3 ਭਾਈ ਵੀਰ ਸਿੰਘ ਨੰਬਰ 4 ਈਸ਼ਵਰ ਚੰਦਰ ਨੰਦਾ ਸੋ ਜੇਕਰ ਆਪਾਂ ਪੰਜਾਬੀ ਨਾਵਲ ਦੀ ਗੱਲ ਕਰਨੀ ਹੋਈਏ ਤਾਂ ਪੰਜਾਬੀ ਨਾਵਲ ਦਾ ਪਿਤਾਮਾ ਜਾਂ ਮੋਢੀ ਕਿਸ ਨੂੰ ਕਿਹਾ ਜਾਂਦਾ ਤਾਂ ਸਹੀ ਜਵਾਬ ਹੋਊਗਾ ਆਪਸ਼ਨ ਨੰਬਰ 2 ਨਾਨਕ ਸਿੰਘ ਨੂੰ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬੀ ਕਾਵ ਦਾ ਪਿਤਾਮਾ ਪੰਜਾਬੀ ਕਵਿਤਾ ਦਾ ਮੋਢੀ ਕਿਹਨੂੰ ਕਿਹਾ ਜਾਂਦਾ ਤਾਂ ਸਹੀ ਜਵਾਬ ਆ ਭਾਈ ਵੀਰ ਸਿੰਘ ਤੇ ਨਾਲ ਦੀ ਨਾਲ ਜੇਕਰ ਪੁੱਛ ਲਿਆ ਜਾਵੇ ਕਿ ਪੰਜਾਬੀ ਇਕਾਂਗੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਤਾਂ ਉਹ ਹੈਗੇ ਆ ਈਸ਼ਵਰ ਚੰਦਰ ਨੰਦਾ ਠੀਕ ਹੈ ਜੀ ਇਹ ਪੁਆਇੰਟ ਵੀ ਤੁਸੀਂ ਨਾਲ ਦੀ ਨਾਲ ਨੋਟ ਜ਼ਰੂਰ ਕਰ ਲਿਓ ਨੈਕਸਟ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੰਦਿਰ ਕਿਹੜਾ ਹੈ ਆਪਸ਼ਨ ਨੇ ਤੁਹਾਡੇ ਕੋਲ ਨੰਬਰ 1 ਸਵਰਨ ਮੰਦਿਰ ਨੰਬਰ 2 ਸਿੱਖ ਗੁਰੂਆਂ ਦਾ ਮੰਦਿਰ ਨੰਬਰ 3 ਵਿਰਾਸਤ ਮੰਦਿਰ ਨੰਬਰ 4 ਸਾਰੇ ਸੋ ਜਿਹੜਾ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੰਦਿਰ ਆ ਇਹਨਾਂ ਦੇ ਵਿੱਚੋਂ ਕਿਹੜਾ ਵਾ ਸਹੀ ਜਵਾਬ ਹੋਵੇਗਾ ਆਪਸ਼ਨ ਨੰਬਰ 1 ਸਵਰਨ ਮੰਦਰ ਠੀਕ ਹੈ ਨੈਕਸਟ ਆਪਾਂ ਵਧਦੇ ਹਾਂ ਅਗਲੇ ਕੁਐਸਚਨ ਵੱਲ ਪੰਜਾਬ ਦੀ ਸਭ ਤੋਂ ਪ੍ਰਸਿੱਧ ਖੇਡ ਕਿਹੜੀ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 ਹਾਕੀ ਨੰਬਰ 2 ਕਬੱਡੀ ਨੰਬਰ 3 ਖੋ-ਖੋ ਜਾਂ ਨੰਬਰ 4 ਕ੍ਰਿਕਟ ਸੋ ਇਹਨਾਂ ਦੇ ਵਿੱਚੋਂ ਜਿਹੜੀ ਪੰਜਾਬ ਦੀ ਸਭ ਤੋਂ ਪ੍ਰਸਿੱਧ ਖੇਡ ਆ ਮਤਲਬ ਕਾਗਜ਼ਾਂ ਦੇ ਵਿੱਚ ਤਾਂ ਉਸ ਨੂੰ ਕਿਹਾ ਜਾਂਦਾ ਵਾ অপਸ਼ਨ ਨੰਬਰ 2 ਕਬੱਡੀ ਠੀਕ ਹੈ ਜੀ ਕਬੱਡੀ ਪੰਜਾਬ ਦੀ ਸਭ ਤੋਂ ਪ੍ਰਸਿੱਧ ਤੇ ਪੁਰਾਣੀ ਖੇਡ ਮੰਨੀ ਜਾਂਦੀ ਹੈ। ਵੈਸੇ ਅੱਜਕੱਲ੍ਹ ਕ੍ਰਿਕਟ ਵੀ ਕਾਫੀ ਪੌਪੂਲਰ ਹੋ ਰਹੀ ਆ। ਹਾਂਜੀ 23 ਨੰਬਰ ਕੁਐਸਚਨ ਆ। ਹੋਲੇ ਮਹੱਲੇ ਦਾ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ? ਆਪਸ਼ਨ ਹੈ ਤੁਹਾਡੇ ਕੋਲ ਨੰਬਰ 1 ਅੰਮ੍ਰਿਤਸਰ, ਨੰਬਰ 2 ਆਨੰਦਪੁਰ ਸਾਹਿਬ, ਨੰਬਰ 3 ਧੰਮਧਮਾ ਸਾਹਿਬ, ਨੰਬਰ 4 ਤਲਵੰਡੀ ਸਾਬੋ। ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਉਹ ਹੈਗਾ ਵਾਜੀ ਤੁਹਾਡਾ ਆਪਸ਼ਨ ਨੰਬਰ ਦੋ ਜਿਹੜਾ ਹੋਲੇ ਮਹੱਲੇ ਦਾ ਤਿਉਹਾਰ ਆ ਹੈ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਨੈਕਸਟ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਨਰਿੰਦਰ ਮੋਦੀ ਭਾਰਤ ਦੇ ਕਿੰਵੇਂ ਪ੍ਰਧਾਨ ਮੰਤਰੀ ਹਨ ਤਾਂ ਆਪਸ਼ਨ ਆ ਤੁਹਾਡੇ ਕੋਲ ਨੰਬਰ 1 12ਵੇਂ ਨੰਬਰ 2 16ਵੇਂ ਨੰਬਰ 3 18ਵੇਂ ਨੰਬਰ 4 22ਵੇਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਆ ਟਰਨ ਵਾਈਜ਼ ਜਿਹੜੇ ਨਰਿੰਦਰ ਮੋਦੀ ਆ ਉਹ 18ਵੇਂ ਪ੍ਰਧਾਨ ਮੰਤਰੀ ਨੇ ਠੀਕ ਹੈ ਜੀ 2014 ਦੇ ਵਿੱਚ 17ਵੇਂ ਬਣੇ ਸੀਗੇ ਉਹ ਉਸ ਤੋਂ ਬਾਅਦ 19 ਚ ਫਿਰ ਇਹੀ ਬਣ ਗਏ 18ਵੇਂ ਠੀਕ ਹੈ ਜੀ ਸੋ 3 ਨੰਬਰ ਆਪਸ਼ਨ ਤੁਹਾਡਾ ਸਹੀ ਉੱਤਰ ਹੋਵੇਗਾ ਨੈਕਸਟ ਹਾਂ ਜੀ ਇੱਕ ਕੁਐਸਚਨ ਮੈਂ ਪਹਿਲਾਂ ਵੀ ਕਰਵਾਇਆ ਹੋਇਆ ਕਿ ਬਚਿੱਤਰ ਨਾਟਕ ਕਿਸ ਦੀ ਰਚਨਾ ਹੈ ਤਾਂ ਆਪਸ਼ਨ ਆ ਤੁਹਾਡੇ ਕੋਲ ਨੰਬਰ 1 ਗੁਰੂ ਨਾਨਕ ਦੇਵ ਜੀ ਨੰਬਰ 2 ਗੁਰੂ ਅੰਗਦ ਦੇਵ ਜੀ ਨੰਬਰ 3 ਗੁਰੂ ਗੋਬਿੰਦ ਸਿੰਘ ਜੀ ਜਾਂ ਨੰਬਰ 4 ਗੁਰੂ ਹਰगोबिंद ਜੀ ਸੋ ਇਸ ਦਾ ਜਿਹੜਾ ਆਨਸਰ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੋਊਗਾ ਵੀਡੀਓ ਕਿੱਦਾਂ ਦੀ ਲੱਗੀ ਆ ਜ਼ਰੂਰ ਦੱਸਿਆ ਕਰੋ ਲਾਈਕ ਤੇ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਤਾਂ ਕਿ ਵੱਧ ਤੋਂ ਵੱਧ ਬੱਚੇ ਤੱਕ ਵੀਡੀਓ ਪਹੁੰਚ ਸਕੇ ਸੋ ਮਿਲਦੇ ਆ ਨੈਕਸਟ ਵੀਡੀਓ ਚ ਨਵੇਂ ਨਵੇਂ ਹੋਰ ਇੰਪੋਰਟੈਂਟ ਕੁਐਸਚਨ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ